Wahe Guru,
सब किछ मंगा बारक वांगी हो सब किछ मंगा बारक वांगी हो सब किछ मंगा बारक देंदे तोट नहीं प्रभ रंगा 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 सब किछ मंगा बारक वांगी हो सब किछ मंगा दे जा विसर जावे दुख ते दे जा विसर जावे भुख बे आपे बहु विद तावे भुख बे आपे बहु विद तावे सिमरत नाम सदा सोहेला सिमरत नाम सदा सोहेला जिस देव दीन दयाला जियो जिस देव दीन दयाला जियो सतगुर मेरा वड समरथा सतगुर मेरा वड समरथा जिए संभाली ता सब दुख लता जिए चिंता रोग गई हो पीड़ा चिंता रोग गई हो पीड़ा आ करे प्रतपाला जियो आ करे प्रतपाला जियो बारक वांगी ओ सब किछ मंगा जी बारक वांगी ओ सब किछ मंगा बारक वांगी ओ सब किछ मंगा देंदे तोट नहीं प्रभ रंगा देंदे तोट नहीं प्रभ रंगा देंदे तोट प्रभ रंगा बारक वांगी ओ सब किछ मंगा बारक वांगी ओ सब किछ मंगा सतगुर पूरे हो
बंधन काटे सगले मेरे, जिन बंधन काटे सगले मेरे, हृदय नाम दे निर्मल किए, हृदय नानक रंग रसाला जियो, नानक रंग रसाला जियो, बारक वागी और सब कुछ मंगा, बारक वागी और सब कुछ मंगा, बारक वागी और सब कुछ मंगा, बारक देंदे तोट नाही प्रभ रंगा, 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 देंदे तोट सब कुछ मंगा, बारक वागी ओ सब कुछ मंगा। ध्यान देना, मेरे गुरुदेव जी ने बड़ियां प्यारियां बातां, बड़ियां प्यारियां जुगतियां इस शब्द दे राही जगत दी झोली च पाईयां। ਕਹਿੰਦੇ ਹਰ ਜੀਵਨ ਦੇ ਵਿੱਚ ਮੰਗ ਹੈ, ਧਿਆਨ ਦੇਣਾ, ਹਰ ਜੀਵਨ 'ਚ ਮੰਗ ਹੈ, ਬਿਨਾਂ ਮੰਗ ਤੋਂ ਜੀਵਨ ਤੁਰ ਹੀ ਨਹੀਂ ਸਕਦਾ, ਤੁਰ ਹੀ ਨਹੀਂ ਸਕਦਾ। ਡਿਜ਼ਾਇਰਸ ਰਹਿਣਗੇ, ਇੱਛਾਵਾਂ ਰਹਿਣਗੀਆਂ, ਇਹ ਨਹੀਂ ਮੁੱਕ ਸਕਦੀ। ਕਦੇ ਚੰਗੀਆਂ, ਕਦੇ ਦੁਨਿਆਵੀ, ਕਦੇ ਦਰਗਾਹੀ, ਕਦੇ ਪਰਮਾਰਥ ਦੀਆਂ ਕੁਝ ਨਾ ਕੁਝ ਤਾਂ ਇੱਛਾਵਾਂ ਮੰਗਾਂ ਰਹਿੰਦੀਆਂ ਨੇ ਨਾ, ਮੰਗਾਂ ਰਹਿੰਦੀਆਂ। ਆਹ ਤਰਤੀਬ ਦੱਸੀ ਮੇਰੇ ਗੁਰਦੇਵ ਨੇ, ਬਈ ਵਾਹ। ਕਹਿੰਦੇ ਜੇ ਮੰਗਣਾ ਹੀ ਆ ਨਾ, ਆਹ ਤੈਨੂੰ ਇੱਕ ਜੁਗਤੀ ਦੇਣਾ, ਮੰਗੀ ਇਸ ਤਰੀਕੇ ਦੇ ਨਾਲ ਕਿ ਤੇਰੀ ਮੰਗ ਝੱਟ ਪੱਟ ਪ੍ਰਵਾਨ ਹੋ ਜਾਏ, ਸਤਨਾਮ ਝੱਟ ਪੱਟ ਪ੍ਰਵਾਨ ਹੋ ਜਾਏ। ਹਰ ਬੰਦਾ ਕਹਿੰਦਾ ਮੇਰੀ ਮੰਗ, ਮੇਰੀ ਬੇਨਤੀ ਝੱਟ ਸੁਣੀ ਜਾਵੇ, ਪ੍ਰਵਾਨ ਹੋ ਜਾਵੇ। ਸਾਹਿਬ ਕਹਿੰਦੇ ਲੈ ਜੁਗਤੀ ਤੇਰੀ ਝੋਲੀ 'ਚ ਪਾਉਣਾ। ਪਰ ਕਮਾਲ ਦੀ ਗੱਲ ਦੇਖੋ, ਸਾਡੀ ਸਾਧ ਸੰਗਤ ਆਪਾਂ ਬਦਕਿਸਮਤੀ ਕਹਾਂਗੇ ਕਿ ਸਾਨੂੰ ਖਜ਼ਾਨੇ ਦੀ ਚਾਬੀ ਮਿਲ ਗਈ ਹੋਵੇ, ਧਿਆਨ ਦੇਣਾ, ਖਜ਼ਾਨੇ ਦੀ ਚਾਬੀ ਮਿਲ ਗਈ ਹੋਵੇ, ਫਿਰ ਵੀ ਅਸੀਂ ਕੰਗਾਲ ਕੰਗਲੇ ਫਿਰਦੇ ਹੋਈਏ। ਕਿੱਡੀ ਬਦਕਿਸਮਤੀ ਹੈ ਸਾਡੀ। ਸਾਹਿਬ ਕਹਿੰਦੇ ਇੱਕ ਜੁਗਤੀ ਤੈਨੂੰ ਦੇ ਰਿਹਾ, ਇਸ ਜੁਗਤੀ ਦੇ ਨਾਲ ਮੰਗੀ, ਬਾਲ ਬੁੱਧ ਰੱਖ ਕੇ ਮੰਗੀ, ਆਖੋ ਸਤਨਾਮ, ਬਾਲ ਬੁੱਧ ਰੱਖ ਕੇ। ਬਾਲ ਬੁੱਧ ਬਾਲਕ ਦੀ ਹੁੰਦੀ ਹੈ, ਬੱਚੇ ਦੀ। ਤੇ ਸਾਹਿਬ ਕਹਿੰਦੇ ਬਾਰਕ ਵਾਂਗੀ ਹਾਂ ਸਭ ਕੁਛ ਮੰਗਾ, ਬਾਰਕ ਵਾਂਗੀ ਹਾਂ ਸਭ ਕੁਛ ਮੰਗਾ, ਮੈਂ ਸਭ ਕੁਝ ਮੰਗਾਂਗਾ, ਮੈਨੂੰ ਚਾਹੀਦਾ, ਲੋੜ ਹੈ, ਪਰ ਮੰਗਾਂਗਾ ਬਾਲ ਬੁੱਧ ਰੱਖ ਕੇ। ਬੜੇ ਧਿਆਨ ਨਾਲ ਸੁਣਿਓ, ਬੜੇ ਗੁੱਝੇ ਭੇਦ ਖੁੱਲਣਗੇ ਅੱਜ। ਸਿਰ ਤੇ ਹੱਥ ਰੱਖ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਲੈਣ, ਗੁਰਦੇਵ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੇਵਾ ਲੈਣ। ਇਹਦੇ 'ਚ ਦੋ ਕਨਸੈਪਟ ਨੇ ਜੀ, ਇੱਕ ਹੈਗਾ ਬਾਰਕ ਵਾਂਗੀ, ਇੱਕ ਹੈਗਾ ਸਭ ਕੁਛ ਮੰਗਾ। ਮੰਗਣਾ ਕਿਵੇਂ ਹੈ ਬਾਰਕ ਵਾਂਗੀ, ਅਤੇ ਬਾਰਕ ਵਾਂਗੀ ਕੀ ਮੰਗਣਾ? ਕਹਿੰਦੇ ਸਭ ਕੁਛ ਮੰਗਾ, ਸਭ ਕੁਛ ਮੰਗਾ।
ਹੁਣ ਆਹ ਦੋਨੋਂ ਕਨਸੈਪਟ ਨੂੰ ਅਸੀਂ ਵਾਰੋ ਵਾਰੀ ਖੋਲ੍ਹਾਂਗੇ ਜੀ, ਦੋਨੋਂ ਕਨਸੈਪਟ ਨੂੰ ਵਾਰੀ ਵਾਰੀ ਖੋਲ੍ਹਾਂਗੇ। ਪਹਿਲਾ ਕਨਸੈਪਟ ਖੋਲ੍ਹਾਂਗੇ ਬਾਰਕ ਵਾਂਗੀ, ਅਸੀਂ ਮੰਗਦੇ ਹਾਂ ਪਰ ਮੰਗਦੇ ਹਾਂ ਸਿਆਣੀ ਬੁੱਧ ਦੇ ਨਾਲ, ਬਿਜ਼ਨਸ ਮਾਈਂਡਡ ਹੋ ਕੇ ਸੌਦੇ ਕਰਦੇ ਹਾਂ ਸੌਦੇ। ਸੱਚੇ ਪਾਤਸ਼ਾਹ ਮੇਰਾ ਇਹ ਕੰਮ ਹੋ ਜਾਵੇ ਮੈਂ ਅਖੰਡ ਪਾਠ ਸਾਹਿਬ ਕਰਾਵਾਂਗਾ, ਮੇਰਾ ਇਹ ਕੰਮ ਹੋ ਜਾਏ ਮੈਂ ਹੇਮਕੁੰਡ ਸਾਹਿਬ ਪੈਦਲ ਜਾਵਾਂਗਾ, ਮੇਰਾ ਇਹ ਕੰਮ ਹੋ ਜਾਏ ਮੈਂ ਘਰ ਸਤਸੰਗ ਬੁਲਾ ਕੇ ਸੇਵਾ ਕਰਾਂਗਾ, ਕੀਰਤਨ ਕਰਾਵਾਂਗਾ, ਮੇਰਾ ਇਹ ਕੰਮ ਹੋ ਜਾਏ ਮੈਂ ਇੰਨਾ ਨੇਮ ਕਰਾਂਗਾ। ਸੌਦੇਬਾਜ਼ੀਆਂ ਚੱਲਦੀਆਂ ਸਾਡੀਆਂ, ਭਾਵੇਂ ਚੰਗੇ ਚੀਜ਼ ਲਈ ਸੌਦੇਬਾਜ਼ੀਆਂ ਕਰਦੇ ਹਾਂ, ਕਰਦੇ ਤਾਂ ਹਾਂ। ਬਾਲਕ ਬੁੱਧ, ਬਾਲ ਬੁੱਧ ਕਦੇ ਸੌਦੇਬਾਜ਼ੀ ਨਹੀਂ ਕਰਦੀ, ਬਾਲ ਬੁੱਧ ਭੋਲੀ ਹੈ, ਧਿਆਨ ਦੇਣਾ, ਬਾਲ ਬੁੱਧ ਦੇ ਵਿੱਚ ਭੋਲਾਪਨ ਹੈ, ਚਤੁਰਾਈ ਨਹੀਂ, ਬਾਲ ਬੁੱਧ ਨਿਰਮਲ ਹੁੰਦੀ ਹੈ, ਬਾਲ ਬੁੱਧ ਨਿਰਛਲ ਹੁੰਦੀ ਹੈ, ਛਲ ਨਹੀਂ ਹੁੰਦਾ, ਨਿਰਮਲੋ ਨਿਰਮਲ ਹੁੰਦੀ ਹੈ ਬਾਲ ਬੁੱਧ। ਆਪਾਂ ਕਈ ਵਾਰੀ ਬੱਚਿਆਂ ਦੀਆਂ ਗੱਲਾਂ ਸੁਣਦੇ, ਕਿੱਡਾ ਮਜ਼ਾ ਆਉਂਦਾ ਹੈ, ਕਿੱਡਾ ਮਤਲਬ ਆਨੰਦ ਆਉਂਦਾ। ਅਰਦਾਸ ਹੁਣੇ ਨਾ ਬੰਬੇ ਤੋਂ ਆ ਰਹੇ ਸੀ, ਫਲਾਈਟ ਦੇ 'ਚ ਅਸੀਂ ਬੈਠੇ ਹੋਏ ਹਾਂ ਅਤੇ ਸਾਡੇ ਅੱਗੇ ਨਾ ਇੱਕ ਮਾਂ ਅਤੇ ਬੱਚੀ, ਐਡੀ ਛੋਟੀ ਜਿਹੀ ਬੱਚੀ ਸੀ, ਹੁਣ ਉਹ ਬੱਚੀ ਐਡੀਆਂ ਪਿਆਰੀਆਂ ਪਿਆਰੀਆਂ ਭੋਲੀਆਂ ਭੋਲੀਆਂ ਜਿਹੀਆਂ ਗੱਲਾਂ ਕਰ ਭੋਲੀ, ਅਸੀਂ ਸੁਣ ਸੁਣ ਪਿੱਛੇ ਦਸ ਤੇ ਦਸ ਦੀ ਘਰ ਵਾਲੀ, ਅਸੀਂ ਸੁਣ ਸੁਣ ਬਈ ਮਤਲਬ ਸੱਚਾਈ ਸੀ ਸਤਸੰਗ, ਇੰਨਾ ਚੰਗਾ ਲੱਗ ਰਿਹਾ ਸੀ ਵੀ ਬੱਚੇ ਐਡੇ ਭੋਲੇ, ਇੰਨੀਆਂ ਭੋਲੀਆਂ ਭੋਲੀਆਂ, ਨਿਰਮਲ ਹੁੰਦੇ ਨੇ, ਨਿਰਮਲ ਪਿਆਰੇ ਹੁੰਦੇ ਨੇ, ਨਿਰਛਲ ਹੁੰਦੇ ਨੇ, ਛਲ ਨਹੀਂ ਹੁੰਦਾ ਉਹਨਾਂ ਦਾ, ਮੈਲ ਤੋਂ ਰਹਿਤ ਹੁੰਦੇ। ਉਹ ਇੱਕ ਚੀਜ਼ ਪੁੱਛੇ, ਮਾਂ ਉਹਨੂੰ ਸਮਝਾਵੇ, ਫਿਰ ਅਗਲੀ ਚੀਜ਼ ਪੁੱਛੇ, ਇਹ ਕਿੱਦਾਂ, ਉਹ ਬੜਾ ਚੰਗਾ ਲੱਗਦਾ ਸੀਗਾ। ਅਤੇ ਸਾਹਿਬ ਕਹਿੰਦੇ ਨੇ, ਬਸ ਮੇਰੇ ਬੱਚਿਆ ਆਹੀ ਜੁਗਤੀ ਤੈਨੂੰ ਦੇਣ ਲੱਗਾ ਵਾਂ, ਜੇ ਜ਼ਿੰਦਗੀ ਦੇ ਵਿੱਚ ਮੰਗਣਾ ਹੀ, ਮੰਗਾਂ ਤਾਂ ਖਤਮ ਨਹੀਂ ਹੋਣਗੀਆਂ, ਮੰਗਣਾ ਹੀ ਨਾ, ਫਿਰ ਇਸ ਜੁਗਤੀ ਨਾਲ ਮੰਗੀ ਕਿ ਬਾਲ ਬੁੱਧ ਤੇਰੇ ਅੰਦਰ ਆ ਜਾਏ, ਤੂੰ ਬੱਚਿਆਂ ਵਾਲੇ ਗੁਣ ਰੱਖ ਕੇ ਬਾਰਕ ਵਾਂਗੀ ਹੋ ਸਭ ਕੁਛ ਮੰਗਾਂ। ਹੁਣ ਇੱਕ 90 ਸਾਲ ਦਾ ਬਜ਼ੁਰਗ ਹੋਵੇ ਕਹਿੰਦਾ ਮੈਂ ਬੱਚਾ ਕਿਵੇਂ ਬਣ ਸਕਦਾ ਜੀ, ਇਹ ਬਾਰਕ ਵਾਂਗੀ ਦਾ ਮਤਲਬ ਹੈ ਸੰਕੇਤ ਕੀਤਾ, ਇਸ਼ਾਰਾ ਦਿੱਤਾ ਕਿ ਬਾਰਕ ਵਰਗੇ ਗੁਣ ਰੱਖ, ਬਾਲਕ ਵਰਗੇ ਗੁਣ ਰੱਖ, ਭਾਵੇਂ 90 ਸਾਲ ਦਾ ਹੈ, ਮੰਗਣ ਵੇਲੇ ਬਾਲਕ ਬਣ ਜਾਈ, ਆਖੋ ਸਤਨਾਮ, ਉਹੋ ਜਿਹੇ ਗੁਣ ਰੱਖੀ। ਆਓ ਸਾਰੇ ਬੋਲਿਓ ਜੀ, ਹੁਣ ਸਾਰੇ ਕਿਰਪਾ ਕਰਿਓ, ਬੋਲੋ ਬਾਰਕ ਵਾਂਗੀ ਹੋ ਸਭ ਕੁਛ ਮੰਗਾ, ਬਾਰਕ ਵਾਂਗੀ ਹੋ ਸਭ ਕੁਛ ਮੰਗਾ ਜੀ, ਬਾਰਕ ਵਾਂਗੀ ਹੋ ਸਭ ਕੁਛ ਮੰਗਾ, 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 ਇਹ ਗੁਣ ਰੱਖ ਆ ਗੁਣ। ਬਾਰਕ ਬਾਲ ਬੁੱਧ ਜਿਹੜੀ ਹੈ ਨਿਰਮਲ ਹੈ, ਨਿਰਛਲ ਹੈ, ਭੋਲੀ ਹੈ, ਉਹਦੇ 'ਚ ਦਵੈਸ਼ ਨਹੀਂ ਹੈ, ਲੜਦੇ ਵੀ ਨੇ ਅਤੇ ਮਿੰਟ ਦੇ ਵਿੱਚ ਸਾਂਝ ਵੀ ਪਾ ਲੈਂਦੇ ਨੇ, ਸਾਡੇ ਵਾਂਗ ਨਹੀਂ, ਲੜ ਪਿਆ ਤਾਂ ਜੀਣਾ ਮਰਨਾ ਹੀ ਖਤਮ ਹੋ ਗਿਆ, ਜੀਣਾ ਮਰਨਾ ਹੀ ਖਤਮ ਹੋ ਗਿਆ। ਕਦੇ ਬੱਚਿਆਂ ਨੂੰ ਲੜਦੇ ਵੇਖਿਓ, ਲੜ ਪੈਣਗੇ ਘੰਟੇ ਬਾਅਦ ਫਿਰ ਜੱਫੇ 'ਚ ਪਾ ਕੇ ਤੁਰਦੇ ਹੋਣਗੇ। ਬਾਲ ਬੁੱਧ ਬੜੀ ਪਿਆਰੀ ਹੈ, ਜਿਹੜਾ ਬੱਚਾ ਹੁੰਦਾ ਨਾ, ਬੱਚਾ ਜਿਹਨੂੰ ਹਾਲੇ ਆਪਣੀ ਸੋਝੀ ਨਹੀਂ, ਪਾਤਸ਼ਾਹ ਬਸ ਆਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਅਸੀਂ ਆਪਣੀ ਸੋਝੀਆਂ ਦੇ ਨਾਲ ਤੁਰਦੇ ਹਾਂ, ਆਪਣੀ ਮਤ ਦੇ ਨਾਲ ਤੁਰਦੇ ਹਾਂ, ਗੁਰੂ ਦੀ ਮਤ ਦੇ ਨਾਲ ਨਹੀਂ ਤੁਰੇ।
ਬਾਲ ਬੁੱਧ ਰੱਖੇਗਾ ਇਹ ਗੁਰੂ ਦੀ ਮੱਤ ਤੁਰੇਗੀ ਜੀ। ਜਿਹੜਾ ਬੱਚਾ ਹੈ ਨਾ, ਬੱਚਾ ਜਿਹੜਾ ਡਿਪੈਂਡੈਂਟ ਹੈ, ਉਹਨੂੰ ਫਿਕਰ ਕਰਨ ਦੀ ਲੋੜ ਨਹੀਂ, ਮਾਂ ਖਿਆਲ ਰੱਖਦੀ ਹੈ, ਮਾਂ ਖਿਆਲ ਰੱਖਦੀ ਹੈ, ਮਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਮੇਰਾ ਬੱਚਾ ਹਾਲੇ ਡਿਪੈਂਡੈਂਟ ਹੈ, ਇਹਦੇ ਅੰਦਰ ਸਿਆਣਪ ਨਹੀਂ ਹੈ, ਡਿਪੈਂਡੈਂਟ ਹੈ, ਤੂੰ ਵੀ ਗੁਰੂ 'ਤੇ ਡਿਪੈਂਡੈਂਟ ਹੋ ਜਾ। ਮੈਂ ਸੱਚਾਈ ਕਹਿ ਰਿਹਾ ਜੀ, ਡਿਪੈਂਡੈਂਟ ਹੋ ਜਾ, ਇੰਡੀਪੈਂਡੈਂਟ ਨਾ ਹੋਈ, ਮੈਂ ਕਰ ਲਾਂਗਾ, ਮੈਂ ਕਰ ਲਾਂਗਾ, ਮੈਂ ਕੀਤਾ, ਹੋ ਜਾਏਗਾ, ਮੇਰੀ ਹੈ, ਨਾ ਬਈ ਨਾ, ਮਾਲਕਾ ਮੈਂ ਤਾਂ ਅਣਜਾਣ ਜਿਹਾ ਬੱਚਾ, ਮੈਨੂੰ ਸਾਂਭ, ਮੈਨੂੰ ਸਾਂਭ। ਜਿਵੇਂ ਹਰ ਲੋੜ ਦਾ ਧਿਆਨ ਮਾਂ ਨੂੰ ਹੁੰਦਾ ਹੈ ਨਾ, ਹੁਣ ਠੰਡ ਆਉਣ ਲੱਗੀ ਹੈ, ਗਰਮ ਕੱਪੜਿਆਂ ਦਾ ਇੰਤਜ਼ਾਮ ਕਰਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੀ ਹੈ, ਹੁਣ ਫਲਾਣੀ ਚੀਜ਼ ਦੀ ਲੋੜ ਹੈ, ਪਹਿਲਾਂ ਹੀ ਇੰਤਜ਼ਾਮ ਮਾਂ ਕਰਨਾ ਸ਼ੁਰੂ ਕਰ ਦਿੰਦੀ। ਹਾਲੇ ਲੋੜ ਬਾਅਦ 'ਚ ਪੈਣੀ ਹੈ, ਪਰ ਇੰਤਜ਼ਾਮ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ। ਸਿੱਖਾਂ, ਜੇ ਬਾਰਕ ਵਾਂਗੀ ਤੁਰ ਪਿਆ, ਲੋੜ ਤੈਨੂੰ 2 ਮਹੀਨੇ ਬਾਅਦ ਹੋਏਗੀ, ਉਹਦਾ ਇੰਤਜ਼ਾਮ ਗੁਰੂ ਨਾਨਕ ਹੁਣੇ ਹੀ ਕਰਨਾ ਸ਼ੁਰੂ ਕਰ ਦੇਣਗੇ। ਆਖੋ ਸਤਨਾਮ, ਉਹਦਾ ਇੰਤਜ਼ਾਮ ਗੁਰੂ ਨਾਨਕ ਹੁਣੇ ਹੀ ਸ਼ੁਰੂ ਕਰ ਦੇ। ਪਰ ਅਫਸੋਸ, ਵੀ ਵਾਂਟ ਟੂ ਬਿਕਮ ਇੰਡੀਪੈਂਡੈਂਟ, ਡਿਪੈਂਡੈਂਟ ਨਹੀਂ ਹੋਣਾ ਚਾਹੁੰਦੇ। ਦੁਨੀਆਂ ਦੇ ਬੰਦੇ ਅੱਗੇ ਡਿਪੈਂਡੈਂਟ ਨਾ ਹੋਵੋ, ਗੁਰੂ ਦੇ ਅੱਗੇ ਤਾਂ ਹੋ ਜਾਓ। ਗੁਰੂ ਅੱਗੇ ਮਤ, ਬੁੱਧ, ਬਲ ਸਭ ਕੁਛ ਸਮਰਪਿਤ ਕਰਦੇ ਹੋ, ਸਮਰਪਣ ਕਰਦੇ ਹੋ, ਮਾਲਕਾ ਮੈਂ ਤੇਰਾ ਬੱਚਾ ਵਾਂ, ਆਖੋ ਸਤਨਾਮ। ਫਿਰ ਇੱਕ ਗੱਲ ਧਿਆਨ ਰੱਖਿਓ, ਅੱਧੀ ਰਾਤ ਜਾਇਜ਼ ਨਜਾਇਜ਼ ਅਗਰ ਕੋਈ ਬੱਚਾ ਜਿੱਦ ਕਰਕੇ ਬਹਿ ਜਾਣ, ਮੰਨ ਲਓ ਕੋਈ ਨਜਾਇਜ਼ ਜਿੱਦ ਕਰਕੇ ਬਹਿ ਗਿਆ, ਹੋ ਸਕਦਾ ਮਾਂ ਬਾਪ ਪੂਰੀ ਨਾ ਕਰਨ, ਹੋ ਸਕਦਾ ਉਹਦੀ ਵਿਸ਼ ਪੂਰੀ ਨਾ ਕਰ ਸਕਣ, ਪਰ ਤੂੰ ਬੱਚਾ ਬਣ ਕੇ ਬੇਨਤੀ ਕਰ, ਬੱਚਾ ਬਣ ਕੇ ਬੇਨਤੀ ਕਰ, ਉਸ ਸਾਈਂ ਨੂੰ ਤੇਰੀ ਬੇਨਤੀ ਪ੍ਰਵਾਨ ਕਰਨੀ ਪਏਗੀ। ਆਖੋ ਸਤਨਾਮ, ਭਾਵੇਂ ਅੱਧੀ ਰਾਤੀ ਕਰ, ਅੱਧੀ ਰਾਤੀ ਕਰ, ਉਹ ਸਾਈਂ ਨੂੰ, ਗੁਰੂ ਨੂੰ ਕਰਨੀ ਪਏਗੀ, ਜ਼ਰੂਰ ਕਰਨੀ ਪਏਗੀ। ਕਿੱਡੇ ਕਮਾਲ ਦੀ ਗੱਲ ਹੈ ਸਤਸੰਗ, ਕਿੱਡੇ ਕਮਾਲ। ਸਾਡੀ ਸਾਈਕੋਲੋਜੀ ਦੇਖੋ, ਸਾਡੀ ਸਾਈਕੋਲੋਜੀ, ਮੰਗਣ ਵੇਲੇ ਅਸੀਂ ਅਰਦਾਸ ਕਰਨ ਵੇਲੇ ਸੱਚੇ ਪਾਤਸ਼ਾਹ ਤੇਰੇ ਪੁੱਤਰ ਤੇਰੇ ਸੇਵਕ ਬੱਚੇ ਬਣ ਜਾਂਦੇ ਹਾਂ, ਪਰ ਬਾਲ ਬੁੱਧ ਨਹੀਂ ਰੱਖਦੇ, ਅੰਦਰ ਹੈ ਸਿਆਣਪ ਹੀ ਆ, ਚਤੁਰਾਈਆਂ ਹੀ ਨੇ, ਤੇਰੇ ਬੱਚੇ ਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਬੱਚੇ ਆ, ਬਾਜਾਂ ਵਾਲਿਆ ਤੁਹਾਡੇ ਬੱਚੇ ਆ, ਮੈਨੂੰ ਆਹ ਲੋੜ ਹੈ, ਆਹ ਲੋੜ ਹੈ। ਗੁਰੂ ਕਹਿੰਦੇ ਠੀਕ ਹੈ, ਜੇ ਮੇਰਾ ਬੱਚਾ ਹੈ ਤੇ ਲੋੜ ਹੈ ਤੇ ਫਿਰ ਲੈ ਲੈ, ਦੇ ਦਿੰਦੇ ਨੇ ਗੁਰੂ। ਪਰ ਕਮਾਲ ਦੀ ਗੱਲ ਦੇਖੋ ਸਾਧ ਸੰਗਤ, ਹੁਣ ਤੇਰੇ ਬੱਚੇ ਆ ਤੇ ਫਿਰ ਉਹ ਪਿਓ ਹੋ ਗਿਆ ਨਾ, ਹੋ ਪੂਤ ਤੇਰਾ ਤੂੰ ਬਾਪ ਮੇਰਾ, ਜੇ ਮੈਂ ਤੇਰਾ ਪੁੱਤ ਹਾਂ ਤੇ ਤੂੰ ਬਾਪ ਹੈ ਨਾ, ਅਸੀਂ ਤੇਰੇ ਬੱਚੇ ਹਾਂ, ਫਿਰ ਉਹ ਪਿਓ ਹੋ ਗਿਆ ਨਾ। ਤੇ ਸਾਹਿਬ ਕਹਿੰਦੇ ਜੇ ਮੈਂ ਪਿਓ ਹਾਂ ਤੇ ਆਹ ਪਿਓ ਤੈਨੂੰ ਹੁਕਮ ਕਰਦਾ ਮੇਰੇ ਬੱਚਿਆ, ਅੱਜ ਤੋਂ ਬਾਅਦ ਤੂੰ ਇਹ ਕੰਮ ਨਹੀਂ ਕਰਨਾ, ਅੱਜ ਤੋਂ ਬਾਅਦ ਤੂੰ ਸ਼ਰਾਬ ਨਹੀਂ ਪੀਣੀ, ਉਦੋਂ ਬੱਚਾ ਬਣਨ ਤੋਂ ਹੀ ਮੁਨਕਰ ਹੋ ਜਾਂਦਾ। ਅੱਗੋਂ ਸਾਧਾ ਨਾ, ਇਹ ਤਾਂ ਕਿਸੇ ਹੋਰ ਬੱਚੇ ਨੂੰ ਬੋਲੋ, ਇਹ ਤਾਂ ਕਿਸੇ ਹੋਰ ਬੱਚੇ, ਮੇਰੇ ਵਾਸਤੇ ਥੋੜ੍ਹੀ ਨਾ। ਬੱਚਾ ਬਣ ਕੇ ਮੰਗ ਰੱਖਣ ਲਈ ਤਿਆਰ, ਉਹ ਵੀ ਚਤੁਰਾਈਆਂ ਵਾਲਾ ਬੱਚਾ, ਧਿਆਨ ਦੇਣਾ। ਤੇ ਜਦੋਂ ਉਹ ਕਹਿੰਦੇ ਠੀਕ ਹੈ ਮੇਰੇ ਬੱਚਿਆ, ਜੇ ਤੇਰੀ ਇਹ ਇੱਛਾ ਸੀ ਮੈਂ ਪੂਰੀ ਕਰਦਾ, ਫਿਰ ਮੇਰੀ ਇੱਛਾ ਕੌਣ ਪੂਰੀ ਕਰੇਗਾ? ਮੈਂ ਤੇਰੇ ਅੰਦਰ ਆਹ ਗੁਣ ਵੇਖਣਾ ਚਾਹੁੰਦਾ, ਮੇਰੀ ਇਹ ਬੱਚੀਏ, ਮੈਂ ਤੇਰੇ ਅੰਦਰ ਗੁਣ ਵੇਖਣਾ ਚਾਹੁੰਦਾ। ਤੂੰ ਦੁਨੀਆਂ ਨੂੰ ਸੋਹਣਾ ਲੱਗਣ ਵਾਸਤੇ ਤੂੰ ਰੋਮਾਂ ਦੀ ਵੇਦ ਵੀ ਕਰਦੀ ਹੈ। ਸਾਹਿਬ ਕਹਿੰਦੇ ਮੇਰੀ ਇਹ ਧੀਏ, ਬਾਜਾਂ ਵਾਲੇ ਕਹਿੰਦੇ ਮੇਰੀ ਇਹ ਧੀਏ, ਤੂੰ ਦੁਨੀਆਂ ਨੂੰ ਸੋਹਣਾ ਲੱਗਣ ਵਾਸਤੇ, ਕਹਿੰਦੇ ਛੱਡ ਦੇ ਇਸ ਸੋਚ ਨੂੰ, ਤੂੰ ਮੇਰੀ ਬਣ ਜਾ, ਮੇਰੀ ਧੀ ਬਣ ਜਾ। ਕੋ ਸਤਨਾਮ, ਤੂੰ ਖੁਦਾਵੰਦ ਕਰੀਮ ਨੂੰ, ਤੂੰ ਅੱਲਾ ਪਾਕ ਨੂੰ, ਤੂੰ ਵਾਹਿਗੁਰੂ ਜੀ ਨੂੰ ਸੋਹਣੀ ਲੱਗਣ ਦੇ ਯਤਨ ਕਰ। ਉਹ ਸੁਹੱਪਣ ਲਿਆ ਜਿੱਦਾਂ ਪ੍ਰਕਿਰਤੀ ਵਰਤ ਰਹੀ ਨਾ ਤੇਰੇ ਨਾਲ, ਵਰਤਣ ਦੇ, ਵਰਤਣ ਦੇ। ਆ ਕਈ ਬੀਬੀਆਂ ਨੂੰ ਅਸੀਂ ਵੇਖਦੇ ਹਾਂ ਸਾਧ ਸੰਗਤ ਇੱਥੇ ਪਾਲ ਆਏ ਹੁੰਦੇ, ਪਰ ਜਿਹੜੀ ਤਾਂ ਸਿਦਕ ਵਾਲੀਆਂ ਨੇ,
ਸਦਕ ਵਾਲੀਆਂ। ਉਹ ਕਹਿੰਦੀਆਂ ਹੁਣ ਉਹਦੀ ਮੌਜ ਹੈ, ਉਹਦੀ ਮੌਜ ਇਹ ਵੀ ਉਹਦੀ ਰਹਿਮਤੀ ਆ ਖੁਸਤਨਾ, ਇਹ ਵੀ ਉਹਦੀ ਉਹ ਦੁੱਖ ਤੋਂ ਵੀ ਉਹਦੀ ਰਹਿਮਤ ਦਾ ਰੂਪ ਦਿੰਦੇ ਨੇ। ਆ ਕਿਤੇ ਅਸੀਂ ਬੈਠੇ ਸਨ ਤੇ ਸਾਧ ਸੰਗਤ ਕਿਸੇ ਪਰਿਵਾਰ ਨੇ ਨਾ ਮਿੱਠਾ ਸਰਵ ਕੀਤਾ ਮਿੱਠਾ, ਤੇ ਸਾਡੇ ਵਿੱਚੋਂ ਇੱਕ ਗੁਰਸਿੱਖ ਕਹਿਣ ਲੱਗਾ ਕਹਿੰਦੇ ਨਹੀਂ ਜੀ ਨਹੀਂ ਮਿੱਠਾ ਮੈਂ ਨਹੀਂ ਲੈਣਾ। ਕਹਿੰਦੇ ਕਿਉਂ, ਸ਼ੁਗਰ ਹੈ ਤੁਹਾਨੂੰ? ਕਹਿੰਦੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੋਈ ਹੈ, ਨਿਆਮਤ ਵਾਲੀ ਦਾਤ ਦਿੱਤੀ ਹੋਈ ਆ ਸਤਨਾਮ, ਇਹ ਕਮਾਲ ਹੋ ਗਈ। ਉਹ ਕਹਿੰਦੇ ਜੀ ਸ਼ੁਗਰ ਤੇ ਨਿਆਮਤ ਵਾਲੀ ਦਾਤ? ਕਹਿੰਦੇ ਉਹ ਜੋ ਦੇ ਦੇ ਉਹਦੀ ਦਿੱਤੀ ਚੀਜ਼ ਨਿਆਮਤ ਹੀ ਆ ਸਤਨਾਮ, ਉਹ ਰੋਗ ਦੇਵੇ ਉਹ ਸੋਗ ਦੇਵੇ, ਉਹ ਖੁਸ਼ੀਆਂ ਦੇਣ ਉਹ ਖੇੜੇ ਦੇਣ, ਉਹ ਜੋ ਦੇਵੇ ਨਾ ਨਿਆਮਤ। ਜੇ ਮੇਰੇ ਵਾਸਤੇ ਅਗਰ ਇਹ ਰੋਗ ਚੰਗਾ ਨਾ ਹੁੰਦਾ ਤੇ ਗੁਰੂ ਕਿਉਂ ਦਿੰਦਾ? ਮੇਰਾ ਪਿਓ ਇਹ ਪੁੱਤ ਨੂੰ ਕਿਉਂ ਰੋਗ ਦਿੰਦਾ? ਮੇਰੇ ਵਾਸਤੇ ਕਿਧਰੇ ਨਾ ਕਿਧਰੇ ਚੰਗਾ ਸੀ। ਕਹਿੰਦੇ ਬੇਲੋੜੀਆਂ ਚੀਜ਼ਾਂ ਖਾਣੀਆਂ ਮੈਂ, ਖਾਈ ਜਾਣਾ ਬਸ ਦਿਨ ਭਰ ਡੰਗਰਾਂ ਵਾਂਗ। ਸੰਯਮ ਚ ਨਹੀਂ ਸੀ, ਸੰਯਮ ਚ ਨਹੀਂ ਸੀ। ਕਹਿੰਦੇ ਸੰਯਮ ਚ ਨਹੀਂ ਸੀ ਮੇਰਾ ਜੀਵਨ, ਤੇ ਮਾਲਕ ਕਹਿੰਦੇ ਹੁਣ ਇਸ ਇਹਦੇ ਜੀਵਨ ਨੂੰ ਸੰਯਮ ਚ ਲਿਆਣਾ, ਤਰਤੀਬ ਚ ਲਿਆਣਾ। ਕਹਿੰਦੇ ਫਿਰ ਮੈਨੂੰ ਆ ਕਿਰਪਾ ਦੇ ਦਿੱਤੀ। ਕਹਿੰਦਾ ਜੀ ਕਮਾਲ। ਦੂਜਾ ਬੰਦਾ ਕਹਿਣ ਲੱਗਾ ਕਹਿੰਦਾ ਕਮਾਲ, ਰੋਗ ਵੀ ਕਿਰਪਾ? ਕਹਿੰਦਾ ਜੋ ਉਹ ਦੇਵੇ ਕਿਰਪਾ ਆ ਸਤਨਾਮ, ਜੋ ਦੇਵੇ ਕਿਰਪਾ। ਆ ਸਤਸੰਗ, ਜਦੋਂ ਤੁਹਾਡਾ ਸਿਦਕ ਅਕੀਦਾ ਪੱਕਾ ਹੈ ਨਾ, ਸਿਦਕ ਅਕੀਦਾ ਪੱਕਾ ਹੈ ਆਪਣੇ ਸਾਈਂ ਤੇ, ਸਾਈਂ ਦੀ ਹਰ ਦਾਤ ਤੁਹਾਨੂੰ ਚੰਗੀ ਲੱਗੇਗੀ, ਹਰ ਬਖਸ਼ਿਸ਼ ਤੁਹਾਨੂੰ ਬਖਸ਼ਿਸ਼ ਲੱਗੇਗੀ, ਭਾਵੇਂ ਉਹ ਸੁੱਖ 'ਚ ਹੋਵੇ ਭਾਵੇਂ ਦੁੱਖ 'ਚ ਹੋਵੇ। ਆਖੋ ਸਤਨਾਮ। ਸਤਸੰਗਤ ਆਓ ਅਰਦਾਸ ਕਰੀਏ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਮੇਰੇ ਮਾਲਕਾ ਅੱਜ ਤੱਕ ਸਾਰੀ ਜ਼ਿੰਦਗੀ ਮੈਂ ਸਾਰੀ ਜ਼ਿੰਦਗੀ ਆਪਣੀ ਬੁੱਧ ਨਾਲ ਚਲੇ ਹਾਂ, ਸਿਆਣਪਾਂ ਦੇ ਨਾਲ ਚਲੇ, ਚਿਤਰਾਈਆਂ ਨਾਲ ਚਲੇ ਹਾਂ ਪਾਤਸ਼ਾਹ। ਅੱਜ ਤੁਸੀਂ ਜੇ ਗਿਆਨ ਦੇ ਰਹੇ ਹੋ, ਬਾਰਕ ਵਾਂਗੀ ਹੋ ਸਭ ਕੁਝ ਮੰਗਾਂ ਪਾਤਸ਼ਾਹ, ਫਿਰ ਆਹ ਬਾਰਕ ਬਣਨਾ ਅੱਜ ਮੈਨੂੰ ਸਿਖਾ ਦਿਓ, ਤੇ ਸਿਖਾ ਕੇ ਮਾਲਕਾ ਮੈਨੂੰ ਤੋਰ ਵੀ ਲਿਓ। ਆਖੋ ਸਤਨਾਮ। ਬਾਰਕ ਵਾਂਗੀ ਹੋ ਸਭ ਕੁਝ ਮੰਗਾਂ, ਬਾਰਕ ਵਾਂਗੀ ਹੋ ਸਭ ਕੁਝ ਦੇਂਦੇ ਤੋਟ ਨਹੀਂ ਪ੍ਰਭ ਰੰਗਾ, ਦੇਂਦੇ ਤੋਟ ਨਹੀਂ ਪ੍ਰਭ ਰੰਗਾ, ਦੇਂਦੇ ਤੋਟ ਨਹੀਂ ਪ੍ਰਭ ਰੰਗਾ, ਦੇਂਦੇ ਤੋਟ ਨਹੀਂ ਰੰਗਾ। ਬਾਰਕ ਵਾਂਗੀ ਹੋ ਸਭ ਕੁਝ ਮੰਗਾ, ਬਾਰਕ ਬਾਰਕ ਵਾਂਗੀ ਹੋ ਸਭ ਕੁਝ ਮੰਗਾਂ, ਬਾਰਕ ਵਾਂਗੀ ਸਭ ਕੁਝ ਮੰਗਾਂ, ਬਾਰਕ ਵਾਂਗੀ ਹੋ ਸਭ ਕੁਝ ਮੰਗਾਂ, ਬਾਰਕ ਵਾਂਗੀ ਹੋ ਸਭ ਕੁਝ ਮੰਗਾਂ। ਜਨ ਕੋ ਪ੍ਰਭ ਸੰਗੇ ਅਸਨੇ ਹੋ, ਜਨ ਕੋ ਪ੍ਰਭ ਸੰਗੇ ਅਸਨੇ ਹੋ, ਸਾਜਨੋ ਤੂੰ ਮੀਤ ਮੇਰਾ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰੇ ਸਭ ਕੇ ਹੋ, ਗ੍ਰਹਿ ਤੇਰੇ ਸਭ ਕੇ ਹੋ। ਮਾਣ ਮਾਂਗੋ ਤਾਣ ਮਾਂਗੋ ਧਨ ਲਖਮੀ ਸੁਤ ਦੇ, ਮਾਣ ਮਾਂਗੋ ਤਾਣ ਮਾਂਗੋ ਧਨ ਲਖਮੀ ਸੁਤ ਦੇ। ਗੁਰੂ ਅਰਜਨ ਦੇਵ ਮਹਾਰਾਜ ਇਹ ਪਾਵਨ ਸ਼ਬਦ ਬਖਸ਼ਿਸ਼ ਕਰ ਦਿੱਤਾ, ਕਹਿੰਦੇ ਜਨ ਕੋ ਪ੍ਰਭ ਸੰਗੇ ਨੇ, ਸਾਜਨੋ ਤੂੰ ਮੀਤ ਮੇਰਾ। ਏਦਾਂ ਗੱਲਾਂ ਕਰੋ ਏਦਾਂ, ਕਹਿੰਦੇ ਸਾਜਨੋ ਉਹ ਮੇਰੇ ਸੱਜਣਾ ਤੂੰ ਮਿੱਤਰ ਮੇਰਾ, ਗ੍ਰਹਿ ਤੇਰੇ ਸਭ ਕੇ ਹੋ। ਕਹਿੰਦੇ ਤੇਰੇ ਘਰ ਕੀ ਨਹੀਂ, ਤੇਰੇ ਘਰ ਸਭ ਕੁਝ ਹੈ ਸਭ। ਕਹਿੰਦੇ ਮਾਨ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇ,
ਸਾਰੀਆਂ ਚੀਜ਼ਾਂ ਦੀ ਲੋੜ ਹੈ ਮਾਲਕਾ, ਚਾਹੀਦੀਆਂ ਇਹ ਜੀਵਨ ਨਿਰਵਾਹ ਵਾਸਤੇ ਚਾਹੀਦੀ, ਇਹ ਚੀਜ਼ਾਂ ਲੋੜ ਨੇ ਤੇ ਚਾਹੀਦੀ। ਧਿਆਨ ਦੇਣਾ ਹੁਣ ਅੱਗੇ ਸਤਸੰਗ, ਆਹ ਵਿਸ਼ਾ ਬੜਾ ਪਿਆਰਾ ਹੁਣ ਅੱਗੇ ਤੁਰੇਗਾ। ਕੀ ਕਹਿੰਦੇ ਸਾਹਿਬ? ਮਾਨ ਮੰਗੋ ਥਾਨ ਮੰਗੋ ਤਨ ਲਖਮੀ ਸੁਤ ਦੇ, ਮਾਨ ਮੰਗੋ ਥਾਨ ਮੰਗੋ ਤਨ ਲਖਮੀ ਸੁਤ ਦੇ। ਬਾਰਕ ਵਾਂਗੀ ਹੋ ਸਭ ਕਿਛ ਮੰਗਾ, ਬਾਰਕ ਵਾਂਗੀ ਹੋ ਸਭ ਕਿਛ ਮੰਗਾ, ਬਾਰਕ ਵਾਂਗੀ ਹੋ ਸਭ ਕਿਛ ਮੰਗਾ, ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ, ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ। ਹਉ ਮੰਗੋ ਸੰਤਨ ਰੇ ਨਾਮ ਹੈ ਨਾਹੀ ਕਿਸੀ ਕਾ ਦੇਨਾ, ਮੰਗੋ ਸੰਤਨ ਰੇ ਨਾਮ ਹੈ ਨਾਹੀ ਕਿਸੀ ਕਾ ਦੇਨਾ। ਮਾਧੋ ਕੈਸੀ ਬਨੇ ਤੁਮ ਸੰਗੇ ਆਪ ਨਾ ਦੇ ਹੋ ਤਾਂ ਲਿਓ ਮੰਗੇ, ਮਾਧੋ ਕੈਸੀ ਬਨੇ ਤੁਮ ਸੰਗੇ ਆਪ ਨਾ ਦੇ ਹੋ ਤਾਂ ਲਿਓ ਮੰਗੇ, ਮਾਧੋ ਕੈਸੀ ਬਨੇ ਤੁਮ ਸੰਗੇ, ਮਾਧੋ ਕੈਸੀ ਬਨੇ ਤੁਮ ਸੰਗੇ। ਬਾਬਾ ਕਬੀਰ ਜੀ ਦਾ ਬੜਾ ਪਿਆਰਾ ਸ਼ਬਦ ਹੈ, ਕਹਿੰਦੇ ਮਾਧੋ ਕੈਸੀ ਬਨੇ ਤੁਮ ਸੰਗੇ, ਤੇਰੇ ਨਾਲ ਕਾਹਦੀ ਸੰਗ ਹੋਈ, ਤੇਰੇ ਨਾਲ ਕਾਹਦੀ ਸ਼ਰਮ ਹੋਈ, ਤੂੰ ਮੇਰਾ ਬਾਪ ਹੈ ਮੈਂ ਤੇਰਾ ਪੂਤ ਹਾਂ, ਪੁੱਤ ਪਿਓ ਕੋ ਸ਼ਰਮਾ। ਮਾਧੋ ਕੈਸੀ ਬਨੇ ਤੁਮ ਸੰਗੇ, ਮਾਧੋ ਬਨੇ ਤੁਮ ਸੰਗੇ ਆਪ ਨਾ ਦਿਓ ਤਾਲੇ ਹੋ ਮੰਗੇ, ਆਪ ਨਾ ਦਿਓ ਤਾਲੇ ਹੋ, ਜੇ ਆਪ ਨਹੀਂ ਦਿਓਗੇ ਠੀਕ ਹੈ ਫਿਰ ਮੈਂ ਮੰਗ ਲਾਂਗਾ, ਮੈਨੂੰ ਕੋਈ ਸੰਗ ਨਹੀਂ ਮੈਂ ਮੰਗ ਲਾਂ, ਅਤੇ ਫਿਰ ਮੰਗਿਆ ਕੀ। ਬਸ ਆਹ ਕੰਸੈਪਟ ਨੂੰ ਹੁਣ ਸਮਝਣਾ ਸਤਸੰਗ, ਬੜਾ ਪਿਆਰਾ ਕੰਸੈਪਟ ਬਾਬਾ ਕਬੀਰ ਜੀ। ਅਸੀਂ ਤਾਂ ਟਪਲਾ ਖਾ ਗਏ, ਅਸੀਂ ਤਾਂ ਟਪਲਾ ਖਾ ਗਏ ਸਤਸੰਗ, ਆ ਸੁਣਿਓ ਹੁਣ ਕੀ ਮੰਗੇ। ਦੋਏ ਸਿਰ ਮੰਗੋ ਚੂਨਾ ਪਾਓ ਕੇ ਉਹ ਸੰਗ ਲੂਨਾ, ਦੋਏ ਸਿਰ ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜੀਵਾਲੇ, ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ ਜੀਵਾਲੇ। ਖਾਟ ਮੰਗੋ ਚੋਪਾਈ ਸਿਰਹਾਣਾ ਅਵਰ ਤੁਲਾਈ, ਖਾਟ ਮੰਗੋ ਉਪਰ ਕੋ ਮੰਗੋ ਥੀਂਦਾ, ਤੇਰੀ ਭਗਤ ਕਰੇ ਜਨ ਥੀਂਦਾ, ਤੇਰੀ ਭਗਤ ਕਰੇ ਜਨ ਥੀਂਦਾ। ਬਈ ਕਮਾਲ ਦੇ ਬੋਲ, ਕਹਿੰਦੇ ਆਪ ਨਾ ਦਿਓ ਤਾਂ ਲਿਓ ਮੰਗੇ, ਕੋਏ ਸਿਰ ਮੰਗੋ ਚੂਨਾ, ਕਹਿੰਦੇ ਮੈਨੂੰ ਆ ਚੀਜ਼ਾਂ ਚਾਹੀਦੀਆਂ, ਬੜੇ ਧਿਆਨ ਨਾਲ ਸੁਣਿਓ, ਆਹ ਚੀਜ਼ਾਂ ਚਾਹੀਦੀਆਂ ਜੀਵਨ ਨਿਰਵਾਹ ਵਾਸਤੇ। ਜਦੋਂ ਅਸੀਂ ਆਹ ਸ਼ਬਦ ਪੜ੍ਹ ਰਹੇ ਹਾਂ ਸਤਸੰਗ, ਬਾਰਕ ਵਾਂਗੀ ਹੋ ਸਭ ਕਿਛ ਮੰਗਾ, ਧਿਆਨ ਨਾਲ ਸੁਣਿਓ, ਬਾਰਕ ਵਾਂਗੀ ਹੋ ਸਭ ਕਿਛ, ਤੇ ਜਦੋਂ ਹੋ ਸਭ ਕਿਛ ਮੰਗਾ ਆਉਂਦਾ ਨਾ, 95% ਬੰਦਿਆਂ ਦਾ ਧਿਆਨ ਦੁਨਿਆਵੀ ਦਾਤਾਂ ਵੱਲ ਜਾਂਦਾ, ਜਾਂਦਾ ਕਿ ਨਹੀਂ ਜਾਂਦਾ? ਤੁਸੀਂ ਹੁਣ ਤੱਕ ਸ਼ਬਦ ਸੁਣਦੇ ਪਏ ਸੋ, ਤਾਂ ਕਿੱਥੇ ਜਾ ਰਿਹਾ ਸੀ, ਕਿੱਥੇ ਜਾ ਰਿਹਾ ਸੀ?
ਦੱਸੋ ਕਿੱਥੇ ਜਾ ਰਹੇ? ਬਾਰਕ ਵਾਂਗੀ ਹੋ ਸਭ ਕਿਛ ਮੰਗਾ, ਸਭ ਕਿਛ ਮੰਗਾ ਦੇ ਵਿੱਚ ਇਹ ਮੰਗ ਆ ਮੰਗ ਆ ਸਭ ਕਿਛ ਦੇ ਵਿੱਚ ਨਾਮ ਵੀ ਆਉਂਦਾ ਜੀ, ਆਪ ਸਤਨਾਮ, ਸਭ ਕਿਛ ਦੇ ਵਿੱਚ ਸੇਵਾ ਵੀ ਆਉਂਦੀ ਹੈ, ਸਭ ਕਿਛ ਦੇ ਵਿੱਚ ਪਰਉਪਕਾਰ ਵੀ ਆਉਂਦਾ, ਸਭ ਕਿਛ ਦੇ ਵਿੱਚ ਅੰਮ੍ਰਿਤ ਵੇਲੇ ਦੀ ਵੀ ਮੰਗ ਆਉਂਦੀ ਹੈ, ਭਜਨ ਦੀ ਵੀ ਮੰਗ ਆਉਂਦੀ ਹੈ। ਉਸ ਪਾਸੇ ਧਿਆਨ ਗਿਆ ਸਾਡਾ, ਗਿਆ ਸਭ ਕਿਛ ਮੰਗਾਂ ਦੇ ਵਿੱਚ ਸਾਡਿਆ ਧਿਆਨ ਗੱਡੀ ਵੱਲ ਗਿਆ, ਪੁੱਤਰ ਵੱਲ ਗਿਆ, ਲਕਸ਼ਮੀ ਵੱਲ ਗਿਆ, ਫੈਕਟਰੀ ਵੱਲ ਗਿਆ, ਦੁਕਾਨ ਵੱਲ ਗਿਆ, ਇੱਧਰ ਗਿਆ ਉੱਧਰ ਗਿਆ, ਨਹੀਂ ਗਿਆ ਅਤੇ ਸਿਮਰਨ ਵੱਲ ਨਹੀਂ ਗਿਆ, ਭਜਨ ਵੱਲ ਨਹੀਂ ਗਿਆ, ਅੰਮ੍ਰਿਤ ਵੇਲੇ ਵੱਲ ਨਹੀਂ ਗਿਆ। ਸਭ ਕਿਛ ਮੰਗਾਂ, ਅਸੀਂ ਸਾਰੀ ਜ਼ਿੰਦਗੀ ਮੰਗਦੇ ਰਹੇ ਕਿ ਦੁਨਿਆਵੀ ਚੀਜ਼ਾਂ ਮੰਗਦੇ ਰਹੇ, ਜੀਵਨ ਨਿਰਵਾਹ ਵਾਸਤੇ ਮੰਗਣਾ ਹੈ, ਧਿਆਨ ਨਾਲ ਸੁਣਿਓ, ਜੀਵਨ ਨਿਰਵਾਹ ਵਾਸਤੇ ਮੰਗਣਾ ਹੈ। ਉਹ ਜੀਵਨ ਉਧਾਰ ਵਾਸਤੇ ਵੀ ਤਾਂ ਮੰਗ ਲਓ, ਜੀਵਨ ਉਧਾਰ ਵਾਸਤੇ ਵੀ ਤਾਂ ਮੰਗ ਲਓ ਕਿ ਖਾਲੀ ਜੀਵਨ ਨਿਰਵਾਹ ਵਾਸਤੇ ਮੰਗੀ ਜਾਣ। ਆਹ ਬਾਬਾ ਕਬੀਰ ਜੀ ਦਾ ਸ਼ਬਦ ਦੋਨੋਂ ਪਹਿਲੂਆਂ ਨੂੰ ਸਤਸੰਗ ਲੈ ਕੇ ਚੱਲਦਾ ਹੈ, ਦੋਨੋਂ ਪਹਿਲੂਆਂ। ਕਈ ਕਹਿੰਦੇ ਨੇ ਜੀ ਗੁਰੂ ਕੋਲੋਂ ਨਾਮ ਮੰਗੋ, ਕਈ ਕਹਿੰਦੇ ਨੇ ਗੁਰੂ ਕੋਲੋਂ ਨਾਮ ਮੰਗੋ, ਭਜਨ ਮੰਗੋ, ਆ ਦੁਨਿਆਵੀ ਚੀਜ਼ਾਂ ਤਾਂ ਆ ਜਾਣਗੀ, ਉਹ ਲੋੜ ਮੈਨੂੰ ਅੱਜ ਹੈ ਅਤੇ ਕੱਲ੍ਹ ਆਉਣਗੀਆਂ ਤਾਂ ਫਿਰ ਮੇਰੇ ਕੋਲ ਕੀ ਫਾਇਦਾ ਹੋਇਆ, ਲੋੜ ਮੈਨੂੰ ਅੱਜ। ਅਤੇ ਦੂਜਾ ਪੱਖ ਜਿਹੜੇ ਖਾਲੀ ਲੋੜ ਦੀਆਂ ਚੀਜ਼ਾਂ ਮਗਰ ਹੀ ਤੁਰੇ ਪਏ ਨੇ, ਜਿਹੜਾ ਖਾਲੀ ਦੁਨੀਆਂ ਦੀ ਚੀਜ਼ਾਂ ਮਗਰ ਹੀ ਤੁਰੇ ਪਏ ਨੇ ਅਤੇ ਨਾਮ ਨਹੀਂ ਮੰਗਦੇ, ਆ ਦੋਨੋਂ ਗੱਲਾਂ ਦਾ ਜਵਾਬ ਅੱਜ ਬਾਬਾ ਕਬੀਰ ਜੀ ਨੇ ਦਿੱਤਾ। ਦੋਨੋਂ ਪਹਿਲੂ ਨੂੰ ਸਤਸੰਗ ਬਰਾਬਰ ਤੇ ਰੱਖ ਕੇ ਉਹਨੂੰ ਵੀ ਜਵਾਬ ਦਿੱਤਾ। ਜਿਹੜਾ ਕਹਿੰਦਾ ਖਾਲੀ ਨਾਮ ਭਜਨ, ਲੋੜ ਹੀ ਨਾ ਪੂਰੀਆਂ ਹੋਣਗੀਆਂ, ਤੇਰੇ ਬੱਚੇ ਘਰ ਬਿਲਕਦੇ ਨੇ ਭੁੱਖ ਦੇ ਵਿੱਚ, ਬੱਚਿਆਂ ਦੀ ਫੀਸ ਭਰਨ ਜੋਗੀ ਤੇਰੇ ਕੋਲ ਸਮਰੱਥਾ ਨਹੀਂ, ਮੰਗ ਮੁੰਗ ਕੇ ਖਾਂਦੇ ਪਏ ਆ, ਘਰ 'ਚ ਟੈਨਸ਼ਨ ਪਈ, ਲੈਣ ਵਾਲੇ ਸਿਰ 'ਤੇ ਖੜੇ ਨੇ, ਫਿਰ ਭੱਜਦਾ ਫਿਰਦਾ ਇੱਧਰ ਉੱਧਰ ਟੈਨਸ਼ਨ, ਭਗਤੀ ਹੋਜੂ ਨਹੀਂ। ਆ ਇੱਕ ਪਹਿਲੂ ਹੈ। ਇੱਕ ਦੂਜਾ ਪਹਿਲੂ ਹੈ ਕਿ ਜਿਹੜਾ ਮੰਗਣ 'ਤੇ ਆਉਂਦਾ ਤਾਂ ਖਾਲੀ ਪਦਾਰਥ ਹੀ ਮੰਗੀ ਜਾਂਦਾ ਪਿਆ। ਉਹ ਕਹਿੰਦੇ ਹੋਏ ਪਦਾਰਥ ਮੰਗਣ ਵਾਲੇ ਆ, ਜੀਵਨ ਨਿਰਵਾਹ ਵਾਸਤੇ ਚੀਜ਼ਾਂ ਮੰਗੀਆਂ ਨਹੀਂ, ਉਹ ਜੀਵਨ ਉਧਾਰ ਵਾਸਤੇ ਵੀ ਮੰਗ ਲਿਆ। ਹੁਣ ਇਹ ਦੋਨੋਂ ਪਹਿਲੂ ਨੂੰ ਨਾਲ ਲੈ ਕੇ ਚੱਲਿਆ ਜੀ। ਬੜਾ ਸੋਹਣਾ ਸਤਸੰਗ ਬੈਲੈਂਸ ਕਰਕੇ ਬਾਬਾ ਕਬੀਰ ਜੀ ਚੱਲ ਰਹੇ ਨੇ, ਬੜਾ ਸੋਹਣਾ ਬੈਲੈਂਸ ਕਰਕੇ। ਕਹਿੰਦੇ ਦੋਏ ਸਿਰ ਮੰਗੋ ਚੂਨਾ, ਇਹ ਨਹੀਂ ਗਿਆ ਕਿ ਮਣਾ ਮੋਈ ਭਰ ਦੇ ਚੂਨਾ, ਚੂਨਾ ਕਹਿੰਦੇ ਆਟੇ ਨੂੰ, ਬੋਰੀਆਂ ਦੀ ਬੋਰੀਆਂ ਲਾ ਦੇ, ਪਤਾ ਨਹੀਂ ਅੱਜ ਮਿਲਿਆ ਕੱਲ੍ਹ ਮਿਲੇਗਾ ਕਿ ਨਹੀਂ ਮਿਲੇਗਾ। ਦੋਏ ਸਿਰ ਅਤੇ ਇੱਕ ਸਿਰ ਸਤਸੰਗ 900 ਗ੍ਰਾਮ ਦਾ ਲਗਭਗ ਹੁੰਦਾ, ਹਾਂਜੀ 1 ਕਿਲੋ 800 ਗ੍ਰਾਮ ਅੱਜ ਦੇ ਮੁਤਾਬਕ ਜੇ ਦੇਖਿਆ ਜਾਵੇ। ਦੋਏ ਸਿਰ ਮੰਗੋ ਚੂਨਾ, ਮੰਗਣ ਵਿੱਚ ਵੀ ਆਏ ਤਾਂ ਕੀ ਮੰਗਿਆ, ਮੰਗਣ ਵਿੱਚ ਵੀ ਆਏ ਤਾਂ ਕੀ ਕਿੰਨਾ ਕੁ ਮੰਗਿਆ। ਕਹਿੰਦੇ ਦੋਏ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਣਾ, ਕਹਿੰਦੇ ਪਾਓ ਘਿਓ ਦੇ ਬਥੇਰਾ ਹੀ ਬਥੇਰਾ। ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ, ਅੱਧ ਸਿਰ, ਹੁਣ ਅੱਧ ਸਿਰ ਅਗਰ ਕਰੋਗੇ ਤੇ 450 ਗ੍ਰਾਮ ਬਣਿਆ, ਹੈਂਜੀ ਅੱਧਾ ਕਿਲੋ ਵੀ ਨਹੀਂ, ਅੱਧਾ ਕਿਲੋ। ਕਹਿੰਦੇ ਮੈਨੂੰ ਦਾਲ ਦੇ ਦੋਨੋਂ ਵਕਤ ਜਿਵਾਲੇ, ਜਿਹੜਾ ਦੋਨੋਂ ਸਵੇਰੇ ਸ਼ਾਮ ਦਾ ਮੇਰਾ ਵੇਲਾ ਟਪਾ ਸਕੇ। ਬੜੇ ਧਿਆਨ ਨਾਲ ਸੁਣਿਓ, ਕਹਿੰਦੇ ਖਾਟ ਮੰਗੋ ਚੌਪਾਈ, ਇਹ ਸਾਰੀਆਂ ਚੀਜ਼ਾਂ ਬੇਸਿਕ ਨੀਡਸ ਨੇ ਬੇਸਿਕ ਨੀਡਸ ਨੇ। ਇਹ ਨਹੀਂ ਕਿਹਾ ਮੇਰੇ ਦਾਲ ਦੇ ਭੰਡਾਰ ਭਰ ਦੇ, ਸਬਜ਼ੀਆਂ ਦੇ ਭੰਡਾਰ ਭਰ ਦੇ, ਆਹ ਭਰ ਦੇ ਉਹ ਨਹੀਂ, ਜਿੰਨੀ ਮੈਨੂੰ ਲੋੜ ਨੀਡ ਹੈ ਰੋਜ਼ ਦੀ ਸਵੇਰੇ ਸ਼ਾਮ ਦੀ, ਬਸ ਉਹਨਾਂ ਭਰੀ ਚੱਲ। ਅੱਗੇ ਦੇਖਿਓ ਕਿਆ ਬੈਲੈਂਸ ਕੀਤਾ ਜਿਸ ਸ਼ਬਦ, ਕਹਿੰਦੇ ਅੱਧ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਕਤ, ਖਾਟ ਮੰਗੋ ਚੌਪਾਈ ਸਰਹਾਣਾ ਅਵਰ। ਇਹ ਸਾਰੀਆਂ ਇੱਕ ਨੀਡ ਦੀਆਂ ਚੀਜ਼ਾਂ ਨੇ, ਬੇਸਿਕ ਚੀਜ਼ਾਂ ਨੇ, ਚਾਹੀਦੀਆਂ। ਖਾਟ ਵੀ ਚਾਹੀਦੀ, ਚੌਪਾਈ ਵੀ ਚਾਹੀਦੀ ਹੈ, ਹਾਂਜੀ ਖਾਟ ਮੰਗੋ ਚੌਪਾਈ, ਸਰਹਾਣਾ ਵੀ ਚਾਹੀਦਾ, ਤਲਾਈ ਵੀ ਚਾਹੀਦੀ ਹੈ, ਹਰ ਚੀਜ਼ ਚਾਹੀਦਾ। ਉੱਪਰ ਕੋ ਮੰਗੋ ਖੀਂਦਾ, ਮੈਨੂੰ ਰਜਾਈ ਵੀ ਦੇ, ਠੰਡ ਦੇ ਵਿੱਚ ਐਵੇਂ ਕੁੱਕੜੀ ਬਣਿਆ ਪਿਆ ਹੋਵਾਂ, ਹੈ ਮੈਨੂੰ ਰਜਾਈ ਵੀ ਦੇ, ਤਲਾਈ ਵੀ ਦੇ, ਸਭ ਕੁਝ ਦੇ। ਹੁਣ ਇੱਥੇ ਅੱਗੇ ਆ ਕੇ ਖੋਲਦੇ ਨੇ ਗੱਲ, ਆਖੋ ਸਤਨਾਮ। ਕਹਿੰਦੇ ਖਾਟ ਮੰਗੋ ਚੁਪਾਈ, ਵਾਹਿਗੁਰੂ ਸਰਹਾਣਾ ਅਵਰ ਤੁਲਾਈ।
ऊपर को मांगो खींदा तेरी भगत करे गलती। कहते आ चीजा मेरिया पूरिया कर दे रब्बा, आ चीजा पूरिया हो गई। कहते फिर तेरा ये भगत रस के नाल तेरी भगती करेगा, तेरी भगत करे जन। कहते रस के नाल भगती करेगा। मंग किस वास्ते सी कि ये लोड़ा पूरिया हो जान ते अगे भगती करांगा। आको सतनाम। और कदे साडियां लोड़ा, कदे साडियां लोड़ा भगती वास्ते होईयां ने कि सचिया पातशाह ठीक है अज किराए ते रहिंदा, मकान दे दे, अपना मकान एक छोटा जिहा ही दे दे, मालक ने दे दिता। कदे ये बोलिए कि मैनू मकान दे दे, आ दे दे, आ दे। उस तो बाद फिर तेरा रस दे नाल मैं आनंद दे नाल मैं भजन करांगा, नितनेम करांगा, मेरी रोटी का प्रबंध कर दे, रोटी का, रोटी का। नॉट फॉर लग्जरी गुड्स, लग्जरी गुड्स भी आ गई। गुरु नानक ने तुहानू लग्जरी गुड्स भी दे दित्ती। हुण तां तुर पौ, तेरी भगत करे जन खिंदा। आ निशाना सी भगती वास्ते, ये चीजा मंगिया भगती वास्ते। तेरे कोल एक गड्डी है, सही चल रही है, वधिया चल रही है, स्टैंडर्ड दी गड्डी है। नहीं जी, उहदे कोल मर्सिडीज है, मेरे कोल तां इस तों उपर दी चाहीदी। बस इसी होड़ दे विच अपनी जवानी गालती, जवानी गालती, आ जीवन गाल दिता। भगत जी ने हर चीज मंगी पर निशाना की सी, ये लोड़ा जे पूरिया हो जान तेरी भगती रस नाल करांगा। आखो सतनाम। रस नाल करांगा। तुहाडी लोड़ 50,000 नाल पूरी होंदी, आलो घर दे खर्चे, बच्चियां दी फीसां, हर चीज 50,000 नाल होंदी, 60,000 नाल होंदी, 70,000 नाल होंदी, 20,000 नाल होंदी, जिन्नी भी होंदी। मान लो अगर 50,000 नाल होंदी, रब गुरु नानक तुहानू लख दे रहा, 1,25,000 दे रहा। हुण हुण है सबर, है सबर। 50,000 दे नाल सोहना काम मेरा पल्ले पल्ले हो जांदी, वाहवा हो जांदा काम। पर 50 दी थां ते रब ने मैनू 1,25,000 महीने दा देना शुरू करता। हुण भगती करांगा, करांगा। बड़े घट बंदे होणगे साध संगत, वह कहणगे नहीं 1,25,000 मैनू 1,50,000 चाहिए। आखो सतनाम। 1,50,000 चाहिए। वह इदां तुरनगे साध संगत जी, इदां तुरन। बाबा कबीर जी कहिंदे मैनू ये चीज़ां इस करके चाहीदियां कि तेरी भगती रस नाल कर सकां। तेरी भगती च बैठा टेंशन पई रवे, बच्चे बिलकदे पए ने, टेंशन पई रवे बच्चों की फीसां देनियां, नाम कटिया जाएगा, टेंशन पई रवे दुध का बिल देना, टेंशन पई रवे फलाने कोल मंगे सानूं वापस कर दे। ओ कादी भगती होनी, कादी भगती होनी। मैनू तेरी रस वाली भगती करनी है, तां करके मेरियां ये लोड़ां पूरियां कर। आखो सतनाम। ये लोड़ां पूरियां कर, तेरी रस वाली भगती करनी है। फिर उस तो बाद सतसंगत आ अगों अध्यात्मक जीवन शुरू हो गया। तो सतनाम की कहिंदे जी, खाट मांगो चौपाई, सिरहाना अवर तुलाई, ऊपर को मांगो लपो, एक नाओ तेरा मैं फपो। मैं नाही कीता लपो, एक नाओ तेरा मैं फपो। भाई वाह, डंके दी चोट च गल कीती, डंके दी चोट च। देखो दोनों चीजां नू पैरलर लैके चल रहे ने। लोड़ दीआं चीजां मंगीआं भी, मंगणीआं भी ने। प्यो कोल ना मंगांगे, किसे कोल मंगांगे, लोड़ ही ना पूरी होई ते कित्थे जावां। मंगियां भी पर खोल के कह दिता, कहिंदे मैं ना ही कीता लब्बो, मैं लोभ करके नहीं मंग रहा। हां, एक घर च सोहना गुजारा हो रहा, मालका आ दूजा घर भी दे दे, आ भी प्लाट दे दे, आ भी दे दे, सोहनी दुकान च तुहाडा गुजारा हो रहा, नाल दी भी लै लईए, आ भी लै लईए। 10 मशीना लाइया, सरदा है, सोहना सरदा। दूजे ने 16 लाइया, नहीं अपा भी 16 लानी है। दूजे ने 20 लाइया, अपा भी 20 लानी, भावें करजा फड़ के लानी है, लानी है। कितों भगती कर लेंगा? आखो सतनाम। कितों भगती कर लेंगा?
ਬਾਬਾ ਅਤਰ ਸਿੰਘ ਮਹਾਰਾਜ ਨੂੰ ਜਦੋਂ ਸਤਸੰਗਤ ਗੋਦਾਵਰੀ ਦੇ ਕੰਢੇ ਭਗਤੀ ਕਰ ਰਹੇ ਸਨ ਹਜ਼ੂਰ ਸਾਹਿਬ, ਮਾਇਆ ਦੀ ਥੈਲੀ ਮਿਲੀ। ਮਾਇਆ ਦੀ ਥੈਲੀ 'ਚ ਮਾਇਆ ਸੀ। ਬਾਬਾ ਅਤਰ ਸਿੰਘ ਜੀ ਨੇ ਚੁੱਕ ਲਈ, ਦੇਖਿਆ ਵਾਹਵਾ ਚੋਖੀ ਮਾਇਆ। ਕਹਿੰਦੇ ਚੱਲ ਕਿਤੇ ਲੋੜ ਪੈਣ 'ਤੇ ਕੰਮ ਆ ਜਾਏਗੀ। ਧਿਆਨ ਨਾਲ ਸੁਣਿਓ, ਲੋੜ ਪੈਣ 'ਤੇ ਕੰਮ ਆ ਜਾਏਗੀ। ਉਹਨਾਂ ਨੇ ਕੀ ਕੀਤਾ ਸਤਸੰਗਤ, ਮਿੱਟੀ ਪੱਟੀ ਅਤੇ ਪੱਟ ਕੇ ਨਾ ਸਤਸੰਗਤ ਉਹ ਥੈਲੀ ਉਹਦੇ ਵਿੱਚ ਨੱਪਤੀ, ਦਬਾਤੀ। ਹੁਣ ਭਗਤੀ 'ਚ ਬਹਿ ਗਏ। ਜਦੋਂ ਭਗਤੀ 'ਚ ਬੈਠੇ ਨੇ, ਅੱਗੇ ਤਾਂ ਗੁਰੂ ਨਾਨਕ ਸਾਹਿਬ ਬਾਜਾਂ ਵਾਲੇ ਦੇ ਚਰਨਾਂ ਦਾ ਧਿਆਨ ਧਰਦੇ ਸਨ, ਬਾਣੀ ਦੇ ਵਿੱਚ ਧਿਆਨ ਧਰਦੇ ਸਨ। ਹੁਣ ਜਾਪ ਕਰਦੇ ਪਏ ਨੇ, ਭਜਨ ਕਰਦੇ ਪਏ ਨੇ, ਹੁਣ ਭਜਨ ਕਰਦੇ ਪਏ ਨੇ, ਹੁਣ ਧਿਆਨ ਵਾਰ ਵਾਰ ਉਹ ਥੈਲੀ ਵਾਲੇ ਪਾਸੇ। ਕਿਧਰੇ ਕੋਈ ਕੱਢ ਨਾ ਲਏ, ਕੋਈ ਲੈ ਨਾ ਜਾਏ, ਕੋਈ ਇੱਦਾਂ ਨਾ ਕਰ ਦੇਵੇ। ਭਜਨ ਕਰ ਰਹੇ, ਧਿਆਨ ਅੱਗੇ ਭਜਨ ਕਰਦੇ ਸਨ, ਸੁਰਖਰੂ ਹੋ ਕੇ, ਬੇਫਿਕਰ ਹੋ ਕੇ, ਮਾਂ 'ਚ ਰਸ ਲੈ ਕੇ ਕਰਦੇ ਸਨ, ਰਸ ਲੈ ਕੇ। ਅਤੇ ਅੱਜ ਉਹ ਰਸ ਬਣਿਆ ਹੀ, ਅੱਜ ਵਾਰ ਵਾਰ ਧਿਆਨ ਉਹ ਥੈਲੀ 'ਚ, ਵਾਰ ਵਾਰ ਕੋਈ ਲੈ ਨਾ ਜਾਏ, ਕੋਈ ਚੋਰੀ ਨਾ ਕਰ। ਜਦੋਂ ਬੜੀ ਚਿਰ ਕਸ਼ਮਕਸ਼ ਹੁੰਦੀ ਰਹੀ, ਮਹਾਂਪੁਰਖ ਉੱਠੇ ਗੁੱਸੇ ਦੇ ਵਿੱਚ, ਉੱਠ ਕੇ ਮਿੱਟੀ ਪੱਟੀ ਜਿੱਥੇ ਉਹ ਦੱਬਿਆ ਸੀ ਥੈਲੀ, ਮਿੱਟੀ ਪੱਟੀ, ਥੈਲੀ ਬਾਹਰ ਕੱਢੀ। ਥੈਲੀ ਖੋਲ੍ਹ ਕੇ ਮਾਇਆ ਨੂੰ ਕਹਿਣ ਲੱਗੇ, ਕਹਿੰਦੇ ਚੰਦਰੀਏ, ਜਦੋਂ ਦੀ ਮੇਰੇ ਕੋਲ ਆਈ ਹੈ, ਜਦੋਂ ਦੀ ਮੇਰੇ ਕੋਲ ਆਈ ਹੈ, ਮੇਰਾ ਆਹ ਜਿਹੜਾ ਸੰਤੁਲਨ ਤੂੰ ਹਿਲਾ ਕੇ ਰੱਖਿਆ ਹੋਇਆ, ਮੇਰਾ ਧਿਆਨ ਜਿਹੜਾ ਟਿਕਦਾ ਸੀ ਮਾਲਕ ਦੇ ਚਰਨਾਂ 'ਚ, ਧਿਆਨ ਭਟਕਾ ਕੇ ਰੱਖਿਆ, ਸਾਰਾ ਧਿਆਨ ਤੇਰੇ ਵਾਲੇ ਪਾਸੇ ਆਉਂਦਾ। ਮਾਇਆ ਤੂੰ ਵਾਕੇ ਨਾਗਨੀ ਏ, ਵਾਕੇ ਨਾਗਨੀ ਏ। ਉਹ ਥੈਲੀ ਫੜੀ ਤੇ ਉਹ ਮਾਰੀ ਗੋਦਾਵਰੀ ਦੇ ਵਿੱਚ, ਆਖੋ ਸਤਨਾਮ। ਕਹਿੰਦੇ ਨਾ ਇਹ ਨਾਗਦੀ ਰਵੇ ਤੇ ਨਾ ਮੈਨੂੰ ਦੱਸੇ, ਨਾ ਰਵੇ ਤੇ ਨਾ ਦੱਸੇ, ਚੁੱਕੇ ਉਹ ਸੁੱਟੀ। ਕਿਸ ਖਾਤਰ, ਕਿਸ ਖਾਤਰ, ਭਗਤੀ ਖਾਤਰ, ਆਖੋ ਸਤਨਾਮ। ਕਿਸ ਖਾਤਰ, ਭਜਨ ਖਾਤਰ, ਕਿਸ ਖਾਤਰ, ਸਤਸੰਗਤ ਮੇਰੀ ਲਿਵ ਸਾਈ ਕੋਲੋਂ ਟੁੱਟੇ ਨਾ ਟੁੱਟੇ। ਪਿਆਰਿਓ, ਬਹੁਤ ਬਹੁਤ ਜਦੋਂ ਆਉਣਾ ਸ਼ੁਰੂ ਹੋ ਜਾਏ ਨਾ, ਲਾਲਚ ਵੱਧਦਾ ਜਾਣ, ਫਿਰ ਪਾਠ ਦੇ ਵਿੱਚ ਧਿਆਨ ਨਹੀਂ ਲੱਗਦਾ। ਧਿਆਨ ਫਲਾਣੀ ਡੀਲ ਹੋਣੀ ਹੈ, ਫਲਾਣਾ ਕੰਮ ਹੋਣਾ ਹੈ, ਢੰਗਾਣਾ ਹੋਣਾ, ਉਹ ਹੋਰ ਮਿਲ ਜਾਏ, ਹੋਰ ਮਿਲ ਜਾਏ, ਇੱਦਾਂ ਹੋ ਜਾਏ, ਉਹ ਤਾਂ ਹੋ। ਸਹਿਜ ਪਾਠ ਕਰਦਾ ਪਿਆ, ਕਰਦਾ ਤਾਂ ਸਹਿਜ ਪਾਠ, ਬਾਣੀ ਪਿਆ ਪੜ੍ਹਦਾ ਹੈ, ਪਰ ਧਿਆਨ ਕਿੱਥੇ? ਧਿਆਨ ਹੋਰ ਹੋਰ। ਅਤੇ ਜੇ ਸਹਿਜ ਆ ਗਿਆ, ਜੇ ਸਹਿਜ, ਉਹ ਮੇਰੇ ਗੁਰੂ ਨਾਨਕ ਤੂੰ ਇੰਨਾ ਦਿੱਤਾ ਮੁਕਦਾ ਹੀ ਨਹੀਂ, ਤੂੰ ਇੰਨਾ ਦਿੱਤਾ ਮੁਕਦਾ ਨਹੀਂ, ਮੇਰੇ ਨਿਆਣੇ ਖਾ ਖਾ ਥੱਕ ਜਾਣਗੇ ਤਾਂ ਵੀ ਨਹੀਂ ਮੁਕਦਾ। ਤੁਸੀਂ ਦਾਅਵੇ ਨਾਲ ਮੈਂ ਕਹਿੰਦਾ ਸਤਸੰਗਤ, ਤੁਸੀਂ ਆਹ ਚੀਜ਼ ਲੈ ਕੇ ਚੱਲੋਗੇ ਨਾ, ਇਹ ਸੰਤੋਖ ਲੈ ਕੇ ਚੱਲੋ ਕਿ ਜਿੰਨਾ ਗੁਰੂ ਨਾਨਕ ਤੂੰ ਮੈਨੂੰ ਦਿੱਤਾ, ਜਿੰਨਾ ਮੇਰੇ ਪਾਤਸ਼ਾਹ ਤੂੰ ਮੈਨੂੰ ਦਿੱਤਾ, ਮੈਂ ਖਾਂਦਾ ਥੱਕ ਜਾ, ਮੇਰਾ ਪਰਿਵਾਰ ਖਾਂਦਾ ਥੱਕ ਜਾ, ਨਹੀਂ ਮੁਕੇਗਾ, ਪਲਟ ਕੇ ਫਿਰ ਤੂੰ ਦੇਈ ਜਾਂਦਾ। ਮੈਂ ਸੱਚ ਕਹਿੰਦਾ, ਜਦੋਂ ਇਸ ਪਾਸੋਂ ਬੇਫਿਕਰੀ ਹੋ ਗਈ, ਬੇਫਿਕਰੀ, ਅਤੇ ਉਸ ਤੋਂ ਬਾਅਦ ਤੁਸੀਂ ਪਾਠ ਕਰਕੇ ਵੇਖਿਓ, ਬੜੇ ਰਸ 'ਚ ਕਰਦੇ, ਪਰ ਬੇਫਿਕਰੀ ਤੁਹਾਨੂੰ ਬਣਾਉਣੀ ਪਏਗੀ। ਆਪਾਂ ਕਹਿੰਦੇ ਹਾਂ ਇੰਨਾ ਹੋ ਜਾਏ, ਇੰਨਾ ਹੋ ਜਾਏ। ਆ ਮੈਨੂੰ ਨਾ 10-12 ਸਾਲ ਹੋਏ, ਇੱਕ ਸਰੀਰ ਨੇ ਕਿਹਾ ਸੀ ਉਦੋਂ, ਮੈਂ ਕਿਹਾ ਭਾਈ ਅੰਮ੍ਰਿਤ ਵੇਲੇ ਆਉਂਦੇ ਨਹੀਂ, ਸਿਮਰਨ ਸਾਧਨਾ ਆਉਂਦੇ ਨਹੀਂ, ਦੀਵਾਨਾਂ 'ਚ ਵੀ ਨਹੀਂ ਆਉਂਦੇ, ਗੱਲ ਕੀ? ਅਤੇ ਮੈਨੂੰ ਕਹਿਣ ਲੱਗੇ, ਕਹਿੰਦੇ ਵੀਰ ਜੀ ਘਰ ਦਾ ਗੁਜ਼ਾਰਾ ਪੱਕਾ ਹੋ ਜਾਏ ਨਾ, ਕਹਿੰਦੇ ਫਿਰ ਆਨੰਦ ਬਣਦਾ। ਕਹਿੰਦਾ ਹੁਣ ਆਨਾ ਧਿਆਨ ਟੁੱਟਦਾ, ਆਹ ਹੁੰਦਾ, ਉਹ ਹੁੰਦਾ, ਟਾਈਮ ਹੀ ਨਹੀਂ, ਫਿਕਰ ਪਈ ਰਹਿੰਦੀ ਹੈ ਬੱਚਿਆਂ ਦੀ। ਮੈਂ ਕਿਹਾ ਕਿੰਨਾ ਚਾਹੁੰਦਾ, ਕਿੰਨਾ ਚਾਹੁੰਦਾ ਕਿ ਇੰਨਾ ਆ ਜਾਏ, ਬਸ ਠੀਕ ਹੈ, ਫਿਰ ਮੈਂ ਭਜਨ ਸੇਵਾ। ਮੈਨੂੰ ਅੱਜ ਵੀ ਉਹ ਗੱਲ ਭੁੱਲਦੀ ਨਹੀਂ, ਕਹਿੰਦੇ 20,000 ਰੁਪਈਆ ਜੇ ਮੈਨੂੰ ਆ ਜਾਏ ਨਾ ਉਦੋਂ, ਕਹਿੰਦੇ 20,000 ਰੁਪਇਆ ਬਣ ਜਾਏ ਨਾ, ਕਹਿੰਦੇ ਫਿਰ ਮੈਂ ਨਿਸ਼ਚਿੰਤ। 5-6 ਸਾਲ ਲੰਘੇ, ਮੈਂ ਉਹਦਾ ਮੋਢਾ ਫੜਿਆ, ਮੈਂ ਕਿਹਾ ਸੱਜਣਾ ਮੈਨੂੰ ਲੱਗਦਾ ਮੇਰਾ ਗੁਰੂ ਨਾਨਕ 20,000 ਤੋਂ ਉੱਪਰ ਹੁਣ ਤੈਨੂੰ ਦੇ ਰਿਹਾ, ਪਰ ਤੇਰੀ ਲੋੜਾਂ ਪੂਰੀਆਂ ਹੋ ਰਹੀਆਂ, ਹੁਣ ਵੀ ਨਹੀਂ ਆਉਂਦਾ, ਹੁਣ ਵੀ ਨਹੀਂ ਆਉਂਦਾ। ਕਹਿੰਦੇ ਵੀਰ ਜੀ ਹੁਣ 50,000 ਹੋ ਜਾਏ ਨਾ, ਹਾਂਜੀ 50-60,000 ਹੋ ਜਾਏ। ਮੈਂ ਕਿਹਾ ਸੱਜਣਾ ਇਹ ਤ੍ਰਿਸ਼ਨਾ ਨਾ ਲੱਕੜਾਂ ਤੱਕ ਜਾਂਦਿਆਂ ਨਹੀਂ ਮੁੱਕਣੀ, ਨਹੀਂ ਮੁੱਕਣੀ, ਤੂੰ 50 ਵੀ ਕਵਰ ਕਰ ਲਏਗਾ, ਤੂੰ ਕਹੇਗਾ ਹੁਣ 1,00,000 ਹੋ ਜਾਏ, 1,00,000 ਤੋਂ ਬਾਅਦ 2,00,000 ਹੋ ਜਾਏ। ਇਹ ਤਾਂ ਤੈਨੂੰ ਬੇਫਿਕਰੀ ਲਿਆਉਣੀ ਪੈਣੀ ਹੈ, ਸਹਿਜ ਲਿਆਉਣਾ ਪੈਣਾ।
ਹਰ ਵੇਲੇ ਫਿਕਰ ਚਿੰਤਾ ਚ ਰਹੇਗਾ, ਨਹੀਂ ਗੱਲ ਬਣਨੀ ਓਏ ਨਹੀਂ ਗੱਲ ਬਣਨੀ। ਬਾਰਕ ਵਾਂਗੀ ਹੋ ਸਭ ਕੁਛ ਮੰਗਾ, ਸਭ ਕੁਛ ਮੰਗਾਂ ਦੇ ਵਿੱਚ ਆਪਾਂ ਖਾਲੀ ਧਿਆਨ ਦੁਨਿਆਵੀ ਪਾਸੇ ਕਿਉਂ ਤੋਰਦੇ ਹਾਂ ਜੀ, ਕਿਉਂ ਦੁਨਿਆਵੀ ਪਾਸੇ ਤੋਰਦੇ ਹਾਂ? ਮੈਨੂੰ ਸੱਚ ਸੱਚ ਦੱਸਿਓ, ਦਿਲ 'ਤੇ ਹੱਥ ਰੱਖੇ, ਜਦੋਂ ਆਪਾਂ ਸ਼ਬਦ ਸ਼ੁਰੂ ਕੀਤਾ ਤਾਂ ਧਿਆਨ ਕਿੱਥੇ ਗਿਆ ਸੀ? ਸਭ ਕੁਛ ਮੰਗਾਂ, ਸਭ ਕੁਛ ਮੰਗਾਂ ਦੇ ਵਿੱਚ ਨਾਮ ਆਇਆ ਸੀ ਧਿਆਨ 'ਚ? ਨਹੀਂ ਆਇਆ। ਸਭ ਕੁਛ ਮੰਗਾਂ ਦੇ ਵਿੱਚ ਭਜਨ ਆਇਆ, ਸਿਮਰਨ ਆਇਆ? ਨਹੀਂ ਆਇਆ, ਨਹੀਂ ਆਇਆ। ਸਭ ਕੁਛ ਮੰਗਾਂ ਦੇ ਵਿੱਚ ਅਸੀਂ ਪੁੱਤਰ ਲੈ ਲੈਂਦੇ ਹਾਂ, ਧੀਆਂ ਲੈ ਲੈਂਦੇ ਹਾਂ, ਸੋਹਣਾ ਘਰ ਲੈ ਲੈਂਦੇ ਹਾਂ, ਹਰ ਚੀਜ਼ ਲੈ ਲੈਂਦੇ ਹਾਂ, ਸੁੱਖ ਪਦਾਰਥ ਲੈ ਲੈਂਦੇ। ਓਏ ਸਭ ਕੁਛ ਮੰਗਾਂ ਦੇ ਵਿੱਚ ਜਿੱਥੇ ਉਹ ਲੋੜਾਂ ਪੂਰੀਆਂ ਹੋ ਜਾਣ, ਆਹ ਵੀ ਮੰਗਿਆ ਕਰ ਸੱਚੇ ਪਾਤਸ਼ਾਹ, ਜਾਵਾਂ ਨਾ ਜਹਾਨੋ ਖਾਲੀ ਆਖੋ ਸਤਨਾਮ। ਨਾਮ ਦਾਨ ਦਿਓ ਦਾਤਾ ਜੀ, ਉਹ ਮੈਨੂੰ ਨਾਮ ਦਾਨ ਦਿਓ, ਮੈਨੂੰ ਭਰ ਕੇ ਭੇਜੋ, ਨਿਵਾਜ ਕੇ ਭੇਜੋ, ਹਲਤ ਸੁੱਖ ਪਲਤ ਸੁੱਖ ਵਾਲੀਆਂ ਦਾਤਾਂ ਦੇ ਕੇ ਭੇਜੋ। ਖਾਲੀ ਹਲਤ ਦੇ ਸੁੱਖ ਹੀ ਨਾ ਮੰਗਦਾ ਰਿਹਾ, ਕਿਧਰੇ ਪਲਤ ਦੇ ਸੁੱਖ ਵੀ ਮੰਗ ਲੈ ਆਖੋ ਸਤਨਾਮ। ਸਾਹਿਬ ਕਹਿੰਦੇ ਨੇ ਮੈਂ ਨਾਹੀਂ ਕੀਤਾ ਲੱਭੋ, ਬਾਬਾ ਕਬੀਰ ਜੀ ਮੈਂ ਨਾਹੀਂ ਕੀਤਾ ਲੱਭੋ, ਮੈਂ ਲੋਭ ਕਰਕੇ ਨਹੀਂ ਮੰਗਦਾ ਪਿਆ, ਲੋੜ ਹੈ ਤੇ ਮੰਗੀ ਹੈ, ਔਰ ਫਿਰ ਮੰਗੀ ਇਹ ਖਾਤਰ ਕਿ ਤੇਰੀ ਭਗਤੀ ਕਰਦਾ ਰਹਾਂ। ਮੈਂ ਨਾਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ, ਆਹ ਇੱਥੇ ਲਿਆ ਕੇ ਦਾਸ ਖੜਾ ਕਰਨਾ ਚਾਹੁੰਦਾ ਜੀ। ਕਹਿੰਦਾ ਮੈਂ ਲੋਭ ਕਰਕੇ ਨਹੀਂ ਮੰਗਿਆ, ਕਿਉਂ? ਇਹ ਚੀਜ਼ਾਂ ਦੇ ਨਾਲ ਮੇਰਾ ਕੋਈ ਪਿਆਰ ਨਹੀਂ, ਇਹ ਚੀਜ਼ਾਂ ਨਹੀਂ ਮੈਨੂੰ ਫੱਬਦੀਆਂ, ਤੇਰਾ ਨਾਮ ਹੀ ਮੈਨੂੰ ਫੱਬਦਾ, ਚੰਗਾ ਲੱਗਦਾ। ਕੋ ਸਤਨਾਮ, ਕੋਈ ਸੋਹਣੇ ਵਸਤਰ ਪਾਏ ਹੋਣ, ਆਪਾਂ ਕੀ ਕਹਿੰਦੇ ਬੜਾ ਅੱਜ ਫੱਬਦਾ ਪਿਆ, ਅੱਜ ਬੜਾ ਫੱਬਦਾ ਪਿਆ, ਬੜਾ ਚੰਗਾ ਲੱਗ ਰਿਹਾ। ਕਹਿੰਦਾ ਮੈਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ, ਲੋੜ ਹੈ ਤੇ ਮੰਗੀਆਂ ਨੇ, ਲੋੜ ਹੈ ਤੇ ਮੰਗੀਆਂ ਨੇ, ਫੱਬਦੀਆਂ ਨਹੀਂ, ਚੰਗੀਆਂ ਨਹੀਂ, ਪਾਉਂਦੀਆਂ ਨਹੀਂ, ਪਾਉਂਦਾ ਤਾਂ ਤੇਰਾ ਨਾਮ ਹੈ। ਆਖੋ ਸਤਨਾਮ, ਪਾਉਂਦਾ ਤੇਰਾ ਨਾਮ ਹੈ। ਓਏ ਹੋਏ, ਆਹ ਦਸ਼ਾ ਸਾਡੀ ਬਣ ਜੇ, ਦਸ਼ਾ ਸਾਡੀ ਬਣ ਜੇ, ਸਾਧ ਸੰਗਤ ਗੱਲ ਬਣ ਜਾਏਗੀ। ਜੋਧਣੀਆਂ ਕਰੋ, ਜੇ ਅੱਜ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ, ਜ਼ਰੂਰ ਮੰਗੋ, ਜ਼ਰੂਰ ਖੁੱਲ੍ਹ ਕੇ ਮੈਂ ਕਹਿੰਦਾ, ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੋਸੇ 'ਤੇ ਟੇਕ ਰੱਖ ਕੇ ਕਹਿੰਦਾ, ਬਾਬਾ ਕਬੀਰ ਜੀ ਨੇ ਜੋ ਸਮਤ ਦਿੱਤੀ ਉਸ ਸਮਤ ਅਨੁਸਾਰ ਕਹਿੰਦਾ, ਜ਼ਰੂਰ ਮੰਗੋ, ਪਰ ਉੱਥੇ ਤੱਕ ਮੰਗਣਾ ਜਿੱਥੇ ਤੱਕ ਭਗਤੀ 'ਚ ਵਿਘਨ ਨਾ ਪਵੇ। ਉਹਨਾਂ ਮੰਗਿਓ ਭਗਤੀ ਖਾਤਰ, ਮੰਗਿਓ ਭਗਤੀ ਖਾਤਰ, ਮੰਗਿਓ ਜੇ ਨਹੀਂ ਲੋੜਾਂ ਪੂਰੀਆਂ ਹੋ ਰਹੀਆਂ, ਮੰਗੋ ਭਗਤੀ ਖਾਤਰ, ਮੰਗੋ ਕਿ ਸੱਚੇ ਪਾਤਸ਼ਾਹ ਆਹ ਕੰਮ ਕਰਨਾ ਹੈ, ਤੇਰੀ ਬਖਸ਼ਿਸ਼ ਲੈਣੀ ਹੈ, ਅੰਮ੍ਰਿਤ ਵੇਲਾ ਪੱਕਾ ਕਰਨਾ ਹੈ, ਇੰਨੀ ਸੇਵਾ ਕਰਨੀ, ਬੇਫਿਕਰ ਹੋ ਕੇ ਸੇਵਾ ਕਰਾਂਗਾ, ਤਾਂ ਜੇ ਮੇਰੀਆਂ ਉਹ ਫਿਕਰ ਚਿੰਤਾ ਵਾਲੀਆਂ ਚੀਜ਼ਾਂ ਪੂਰੀਆਂ ਹੋਣਗੀਆਂ। ਕੋ ਸਤਨਾਮ, ਮੰਗੋ ਜ਼ਰੂਰ, ਪਰ ਸਤ ਸੰਗਤ ਮੰਗ ਦੇ ਵਿੱਚ ਲੋਭ ਨਾ ਹੋਵੇ। ਬੜੇ ਧਿਆਨ ਨਾਲ ਸੁਣਿਓ, ਮੰਗ ਦੇ ਵਿੱਚ ਲੋਭ ਨਾ ਹੋਵੇ, ਲਾਲਚ ਨਾ ਹੋਵੇ, ਸਰਦਾ ਪਿਆ ਨਾ ਹੋਰ ਹੋਰ ਨਹੀਂ, ਸਰਦਾ ਪਿਆ ਨਾਮ ਮੰਗ, ਭਜਨ ਮੰਗ, ਚਰਨਾਂ ਦੀ ਪ੍ਰੀਤ ਮੰਗ, ਨਿਤਨੇਮ ਮੰਗ, ਆਹ ਚੀਜ਼ਾਂ ਮੰਗ, ਜ਼ਿੰਦਗੀ ਲੰਘਦੀ ਜਾ ਰਹੀ। ਮੰਗ ਦੇ ਵਿੱਚ ਨਫ਼ਰਤ ਨਾ ਹੋਵੇ ਕਿਸੇ ਪ੍ਰਤੀ, ਕਈਆਂ ਨੇ ਸਾਡਾ ਵਿਗਾੜਿਆ ਹੁੰਦਾ, ਬੜਾ ਸਾਨੂੰ ਦੁਖੀ ਕੀਤਾ ਹੁੰਦਾ, ਮਨ ਇੰਨਾ ਗੁੱਸੇ 'ਚ ਕ੍ਰੋਧ 'ਚ ਹੁੰਦਾ, ਬੰਦਾ ਕਹਿੰਦਾ ਮੈਂ ਇੰਨੇ ਪਾਠ ਕਰਕੇ ਅਰਦਾਸ ਕਰਾਂਗਾ, ਉਹਦਾ ਬੇੜਾ ਗਰਕ ਹੋ ਜਾਏ। ਆਖੋ ਸਤਨਾਮ, ਕਿਉਂ ਜੀ ਮੰਗ ਰਹੇ ਨਾ ਬਈ, ਨਾ ਤੇਰੀ ਮੰਗ ਦੇ ਵਿੱਚ ਵਿਸ਼ੈਲਾਪਨ ਨਾ ਹੋਵੇ, ਨਫ਼ਰਤ ਨਾ ਹੋਵੇ, ਨੀਚ ਸੋਚਾਂ ਨਾ ਹੋਣ ਤੇਰੀ ਮੰਗ, ਤੇਰੀ ਮੰਗ ਸਰਵ ਉੱਤਮ ਹੋਵੇ। ਆਖੋ ਸਤਨਾਮ, ਸਰਵ ਉੱਤਮ ਹੋਵੇ। ਕਹਿੰਦੇ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤੋ ਹਰ ਜਾਣਿਆ। ਕਹਿੰਦੇ ਮੇਰਾ ਮਨ ਤਾਂ ਤੇਰੇ ਨਾਮ ਕਰਕੇ ਮੰਨਿਆ ਹੋਇਆ ਹੈ, ਤੇਰੇ ਨਾਮ ਕਰਕੇ ਮੰਨਿਆ ਪਿਆ ਮੇਰਾ ਮਨ। ਕਹਿੰਦੇ ਮੇਰੇ ਸਾਈਆਂ ਬਸ ਆਹ ਬਖਸ਼ਿਸ਼ ਕਰੀ, ਮੇਰਾ ਮਨ ਤੇਰੇ ਨਾਮ ਕਰਕੇ ਮੰਨਿਆ ਰਵੇ ਤੇ ਮੰਨਿਆ ਰਹੇਗਾ, ਮਨ ਮਾਨਿਆ ਤੋ ਹਰ ਜਾਣਿਆ ਤੋ ਸਤਨਾਮ। ਬਾਰਕ ਵਾਂਗੀ ਹਉ ਸਭ ਕਿਛ ਮੰਗ,
ਮੰਗਾ ਬਾਰਕ ਮਾਗੀ ਓ ਸਭ ਕਿਛ ਮੰਗਾ ਬਾਰਕ ਮਾਗੀ ਓ ਸਭ ਕਿਛ ਮੰਗਾ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ ਨਿਤ ਨਿਤ ਮੰਗੇ ਸੁਖ ਜੀਓ ਕਰਤਾ ਚਿਤ ਨਾ ਆਵਈ ਕਰਤਾ ਚਿਤ ਨਾ ਆਵਈ ਫਿਰ ਫਿਰ ਲੱਗੇ ਦੁੱਖ ਜੀਓ ਫਿਰ ਫਿਰ ਲੱਗੇ ਦੁੱਖ ਜੀਓ ਕਹਿੰਦੇ ਨਿਤ ਨਿਤ ਖੁਸ਼ੀਆਂ ਮਨ ਕਰੇ ਧਿਆਨ ਦੇਣਾ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ ਹਰ ਰੋਜ਼ ਸੁੱਖ ਮੰਗਦਾ ਖੁਸ਼ੀਆਂ ਮੰਗਦਾ ਸੁੱਖ ਮੰਗਦਾ ਖੁਸ਼ੀਆਂ ਮੰਗਦਾ ਨਾਮ ਮੰਗਿਆ ਨਹੀਂ ਕਰਤੇ ਦਾ ਨਾਮ ਮੰਗਿਆ ਨਹੀਂ ਭਜਨ ਮੰਗਿਆ ਨਹੀਂ ਆਦੇ 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 ਬਸ ਕਰਤੇ ਦਾ ਨਾਮ ਮੰਗਿਆ ਨਹੀਂ ਨਿਤ ਨਿਤ ਮੰਗੇ ਸੁੱਖ ਜੀਓ ਹੁਣ ਸੁਣਿਓ ਜੀ ਕੀ ਕਹਿੰਦੇ ਕਰਤਾ ਚਿੱਤ ਨਾ ਆਵਈ ਕਰਤਾ ਚਿੱਤ ਨਾ ਆਵਈ ਹਰ ਮੰਗ ਮੰਗੀ ਕਰਤਾ ਨਹੀਂ ਮੰਗਿਆ ਹਰ ਮੰਗ ਮੰਗੀ ਕਰਤੇ ਦਾ ਨਾਮ ਨਹੀਂ ਮੰਗਿਆ ਕਰਤਾ ਚਿੱਤ ਨਾ ਆਵਈ ਫਿਰ ਕਹਿੰਦੇ ਫਿਰ ਫਿਰ ਲੱਗੇ ਦੁੱਖ ਜੀਓ 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 ਤੂੰ ਮੰਗ ਵਪਾਰ ਜ਼ਰੂਰ ਮੰਗ ਮੰਗ ਕਾਰੋਬਾਰ ਜ਼ਰੂਰ ਮੰਗ ਪਰ ਕਦੇ ਮੰਗਣ ਵੇਲੇ ਇਹ ਬੋਲ ਦਿਆ ਕਰ ਸੱਚੇ ਪਾਤਸ਼ਾਹ ਉਹ ਕਾਰੋਬਾਰ ਨਹੀਂ ਜਿਸ ਕਾਰੋਬਾਰ ਵਿੱਚ ਮੈਂ ਤੇਰੇ ਨਾਮ ਨਾਲ ਵੀ ਜੁੜਿਆ ਰਵਾਂ ਆਖੋ ਸਤਨਾਮ ਉਹ ਕਾਰੋਬਾਰ ਨਹੀਂ ਜਿਸ ਕਾਰੋਬਾਰ ਕਰਕੇ ਮੇਰੀ ਘਰ ਗ੍ਰਸਤੀ ਵੀ ਚੱਲਦੀ ਰਵੇ ਤੇ ਕਾਰੋਬਾਰ ਐਸਾ ਹੋਵੇ ਜਿਹਦੇ 'ਚੋਂ ਟਾਈਮ ਨਿਕਲ ਸਕੇ ਤੇ ਭਜਨ ਬੰਦਗੀ ਸਤਸੰਗ ਲਈ ਮੈਂ ਸਮਾਂ ਕੱਢ ਸਕਾਂ ਕੋ ਸਤਨਾਮ ਉਹੋ ਜਿਹਾ ਵਪਾਰ ਨਾ ਨਹੀਂ ਕਿ ਖੋਤਿਆਂ ਵਾਂਗ ਮੈਂ ਖੱਚਤ ਰਵਾਂ ਆ ਕਈਆਂ ਕੋਲ ਵਪਾਰ ਐਡੇ ਵਧੀਆ ਹੁੰਦੇ ਐਡੇ ਵਧੀਆ ਉਹਦੇ ਟਾਈਮ ਨਿਕਲ ਸਕਦਾ ਵਿੱਚੋਂ ਨਿਕਲ ਸਕਦਾ ਜ਼ਰੂਰ ਨਿਕਲ ਸਕਦਾ ਪਰ ਫਿਰ ਵੀ ਖਪੇ ਹੋਏ ਖੱਚਤ ਨਹੀਂ ਅਤੇ ਜੇ ਟਾਈਮ ਕੱਢਦੇ ਨੇ ਪਾਰਟੀਆਂ ਲਈ ਪੱਬਾਂ ਲਈ ਕਲੱਬਾਂ ਲਈ ਜੇ ਉਸ ਵਪਾਰ 'ਚੋਂ ਟਾਈਮ ਕੱਢਿਆ ਵੀ ਨਾ ਗਰਕ ਵਾਸਤੇ ਗਰਕ ਬੇੜਾ ਗਰਕ ਕਰ ਲੈਂਦੇ ਮੰਗਣਾ ਹੈ ਵਪਾਰ ਜ਼ਰੂਰ ਮੰਗੋ ਮਾੜੀ ਗੱਲ ਨਹੀਂ ਪਰ ਕਦੇ ਤਾਂ ਬੋਲ ਦਿਓ ਸੱਜਿਆ ਬਾਦਸ਼ਾਹ ਉਹ ਵਪਾਰ ਨਹੀਂ ਜਿਸ ਵਪਾਰ 'ਚੋਂ ਸਮਾਂ ਕੱਢ ਕੇ ਮੈਂ ਤੇਰੇ ਚਰਨਾਂ ਨਾਲ ਜੁੜ ਸਕਾਂ ਕੋ ਸਤਨਾਮ ਸੱਚੀ ਅਕਾਲ ਜ਼ਰੂਰ ਪੁੱਤਰ ਮੰਗੋ ਜ਼ਰੂਰ ਮਾੜੀ ਗੱਲ ਨਹੀਂ ਪਰ ਇਹ ਅਰਦਾਸ ਨਾਲ ਕਰਿਆ ਕਰੋ ਸੱਚਿਆ ਪਾਤਸ਼ਾਹ ਉਹ ਪੁੱਤਰ ਨਹੀਂ ਜਿਹੜਾ ਤੇਰੇ ਨਾਲ ਜੋੜੀ ਰੱਖੇ ਜਿਹੜਾ ਤੇਰੇ ਨਾਲ ਜੋੜੀ ਰੱਖੇ ਮੇਰੇ ਸਾਈਆਂ ਆ ਕੁੱਲ ਨੂੰ ਦਾਗ ਨਾ ਲਾਵੇ ਕੁੱਲ ਦੇ ਵਿੱਚ ਵੀ ਭਜਨ ਦਾ ਬੀਜ ਪਾ ਦੇਵੇ ਆਖੋ ਸਤਨਾਮ ਹਰ ਸ਼ੈ ਮੰਗੋ ਪਰ ਹਰ ਸ਼ੈ ਦੇ ਵਿੱਚ ਕਰਤਾ ਚਿੱਤ ਆਉਣਾ ਚਾਹੀਦਾ ਆਖੋ ਸਤਨਾਮ ਕਰਤਾ ਚਿੱਤ ਨਾ ਆਵਈ ਕਰਤਾ ਚਿੱਤ ਨਾ ਆਵਈ ਫਿਰ ਫਿਰ ਲੱਗੇ ਦੁੱਖ ਜੀਓ 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 ਬਾਰਕ ਵਾਂਗੀ ਸਭ ਕਿਛ ਮੰਗਾ ਬਾਰਕ ਵਾਂਗੀ ਸਭ ਕਿਛ ਮੰਗਾ ਬਾਰਕ ਵਾਂਗੀ
सब किछ मंगा बारक मांगी हो सब किछ मंगा। एक जदों मंगना है जिमें दास ने पहले बोले लोड़ अनुसार मंगो जरूर लालच ना हो सिदक च बैठा हो छोटी जी एक वट्सएप के अठ दस लाइन की एक पोस्ट आई सी मैं बड़ी चंगी लगी। एक माँ अपने बच्चे दुकान पर लेके जाती है बच्चा बड़ा क्यूट बड़ा प्यारा बड़ा सोहना मां ने जड़ी जड़ी वस्तु चाहिए सी वो दुकानदार को कढ़वाई दुकानदार बच्चे नू वेखदा बड़ा उन्हें बड़ा सोहना बड़ा चंगा लगता बड़ा प्यारा लगता बच्चा उन्हें की कीता उन्हें जिस जार दे विच जिस डब्बे दे विच टॉफियां पईयां सन उन्हें टॉफियां का डब्बा खोलिया तो वो अगे कर दिता कहते बेटा आ लै मेरे वालों है तेनू फ्री है जिन्ना तेरा चित करता लै लै। बच्चा कहिंदा मैं नहीं लैणा कहिंदा बेटा मैं खुशी नाल दे रहा लै लै कहिंदा ना मैं नहीं लैणा। उहदी मां नूं कहिंदा कहिंदा भैण जी मैं ते चार्ज नहीं करांगा मैं खुशी नाल दे रहा बच्चा मैनूं बड़ा प्यारा लग्या लै लै। मां कहिंदी कोई नहीं बेटा लै लै कहिंदा मैं नहीं लैणा कहिंदा बेटा क्यों कहिंदा जे ज़्यादा खुश हो फिर अपने आप दे दिओ मैं नहीं लैणा कहिंदा अच्छा इदां गल उन्हें जार दे विच हाथ पाया बुक भरी कहिंदा कर कहिंदा उस बच्चे ने इदां कीता तां पूरी दी पूरी सत्संग बुक भर गई उह बच्चे हुण उह टॉफियां दे नाल बुक भरी हुई जदों आ रहा कदे इस खीसे दे विच पा रहा कदे इस खीसे दे विच पा रहा कदे उपर दे खीसे दे पा रहा सारे खीसे भर गए इन्नियां टॉफियां सन। तो मां हैरान सी मां ने पूछा कहिंदे बेटा उन्हें डब्बा तेरे अगे कीता तू क्यों नहीं लिया मैं तेनू कहिंदी रही लै 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 तू क्यों नहीं लिया उन्हें दिता तू लै लिया कहिंदा मां कहिंदा जदों उन्हें डब्बा मेरे अगे कीता सी ना बड़े प्यार नाल कहा लै लै मेरा मन कीता मैं लै लवां पर मैं कह नहीं जे मैं चकांगा एक या दो या चार मेरी बुक एडी वड्डी नहीं है कि उहदे विच दातां वध समा जाण कहिंदे इसलिए मैं ये ऑप्शन उन्हां नूं देती जिन्हें मैनू देण दा संकल्प कीता सी आखो सतनाम कहिंदे ये ऑप्शन मैं मां उहनूं देती कहिंदे मैनू पता सी अंकल दी बुक वड्डी है इहदे विच दातां वड्डियां समा जाणगियां मेरी झोली वाहवा भर जाएगी कहिंदे मां देख ना आ भी जेब भर गई आ भी भर गई आ भी भर गई हाले भी टॉफियां हाथ च ने आखो सतनाम किधरे आ सिदक लियाओ असी मंगते रहिंदे आ मंगते रहिंदे आ सात संग मंगते रहिंदे कदे कहो सजिया पातशाह हुण तू दे आखो सतनाम तेरी खुशी च मैनू खुशी है तेरी बख्शिश दे विच मेरे लिए दयालता है आखो सतनाम बारक वांगी हो सब किछ मंगा बारक सब किछ मंगा सब किछ मंगा सब किछ मंगा ओ सब किछ मंगा ओ सब किछ मंगा हो सब किछ मंगा ओ सब किछ मंगा ओ सब किछ मंगा हो सब किछ मंगा वाहे गुरु वाहे गुरु।
ਸੋ ਮੰਗਾ ਦਾਨ ਗੁਸਾਈਆ ਚਿੱਤ ਭੁੱਖ ਲੈ ਜਾਵੇ ਸੋ ਮੰਗਾ ਲੈ ਜਾਵੇ ਸੋ ਮੰਗਾ ਦਾਨ ਗੁਸਾਈਆ ਲੈ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਪ੍ਰਭ ਜੀਓ ਦੇਵੋ ਤਾਡੀ ਤ੍ਰਿਪਤਾਵੇ ਜਿੱਤ ਤਾਡੀ ਤ੍ਰਿਪਤਾਵੇ ਜਿੱਤ ਤਾਡੀ ਤ੍ਰਿਪਤਾਵੇ ਸੋ ਮੰਗਾ ਦਾਨ ਗੁਸਾਈਆ ਜਿੱਤ ਪੁੱਠ ਲੈ ਜਾਵੇ ਸੋ ਮੰਗਾ ਦਾਨ ਮੰਗਣ ਦੇ ਵਿੱਚ ਆ ਕਿਉਂ ਨੀ ਮੰਗਦੇ ਕਿਉਂ ਨੀ ਮੰਗਦੇ ਸੋ ਮੰਗਾ 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 ਸੋ ਮੰਗਾ ਮੰਗਾ ਸੋ ਮੰਗਾ ਮਾਨ ਗੁਸਾਈਆ ਚਿੱਤ ਭੁੱਖ ਲੈ ਜਾਵੇ ਸੋ ਮੰਗਾ ਦਾਨ ਕਿਉਂ ਨਹੀਂ ਮੰਗਦੇ ਸਾਰੀਆਂ ਦਾਤਾਂ ਮੰਗਦੇ ਆ ਸਾਰੀਆਂ ਆ ਦੇ ਉਹ ਦੇ ਆ ਦੇ ਆ ਆ ਦਾਤ ਕਿਉਂ ਨਹੀਂ ਮੰਗਦੇ ਸਤਸੰਗ ਚਿੱਤ ਭੁੱਖ ਲੈ ਜਾ ਭੁੱਖ ਲੈ ਜਾਵੇ ਪ੍ਰਭ ਜੀਓ ਦੇਵਹੋ ਦਰਸ਼ਨ ਆਪਣਾ ਚਿੱਤ ਤਾਡੀ ਉਹ ਕਦੇ ਦਰਸ਼ਨਾਂ ਦੀ ਮੰਗ ਰੱਖੀ ਜੇ ਬਾਰਕ ਵਾਂਗੀ ਹੋ ਸਭ ਕੁਛ ਮੰਗਾ ਸਭ ਕੁਛ ਮੰਗਣ ਵਾਲੇ ਹੋ ਕਦੇ ਦਰਸ਼ਨਾਂ ਦੀ ਮੰਗ ਰੱਖੀ ਜੇ ਕਦੇ ਕਿਹਾ ਜੇ ਜਿੱਤ ਢਾਡੀ ਤ੍ਰਿਪਤਾਵੇ ਮਾਲਕਾ ਤੇਰਾ ਢਾਡੀ ਤੇਰੇ ਦਰਸ਼ਨਾਂ ਤੋਂ ਤ੍ਰਿਪਤ ਹੋ ਸਕਦਾ ਤੇਰਾ ਢਾਡੀ ਤੇਰੇ ਨਾਮ ਤੋਂ ਤ੍ਰਿਪਤ ਹੋ ਸਕਦਾ ਤੇਰਾ ਢਾਡੀ ਤੂੰ ਅੰਮ੍ਰਿਤ ਵੇਲੇ ਨਾਲ ਮੈਨੂੰ ਗੰਢ ਦੇ ਇਹਦੇ ਨਾਲ ਤ੍ਰਿਪਤ ਹੋ ਸਕਦਾ ਸਤਨਾਮ ਹੁਣ ਪਿਆਰ ਨਾਲ ਮੰਗੋ ਸਾਰੇ ਮੰਗੋ ਸੋ ਮੰਗਾ 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 ਸੋ ਮੰਗਾ ਸੋ ਮੰਗਾ ਸੋ ਮੰਗਾ ਦਾਨ ਗੁਸਾਈਆ ਚਿੱਤ ਭੁੱਖ ਲੈ ਜਾਵੇ ਸੋ ਮੰਗਾ ਦਾਨ ਗੁਸਾਈਆ ਮਾਲ ਖਜ਼ਾਨਾ ਇਹੋ ਕਰ ਹਰ ਕੇ ਚਰਣ ਨਿਧਾਨ ਹਰ ਕੇ ਚਰਣ ਨਿਧਾਨ ਨਾਨਕ ਚਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗੈ ਦਾਨ ਪ੍ਰਭ ਤੁਧ ਨੂੰ ਮੰਗੈ ਦਾਨ ਸੋ ਮੰਗਾ ਗੁਸਾਈਆ ਚਿੱਤ ਭੁੱਖ ਲੈ ਜਾਵੇ ਸੋ ਮੰਗਾ ਦਾਨ ਗੁਸਾਈਆ ਚਿੱਤ ਭੁੱਖ ਲੈ ਜਾਵੇ ਕਬਹੂ ਨਾ ਬਿਸਰਹੀਏ ਮੋਰੇ ਤੇ ਕਬਹੂ ਨਾ ਬਿਸਰਹੀਏ ਮੋਰੇ ਤੇ ਕਬਹੂ ਨਾ ਬਿਸਰਹੀਏ ਕਬਹੂ ਨਾ ਬਿਸਰਹੀਏ ਮੋਰੇ ਤੇ 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 ਨਾਨਕ ਦਾਸ ਇਹੀ ਦਾਨ ਮੰਗਾ ਨਾਨਕ ਦਾਸ ਇਹੀ
दान मंगा यही दान मंगा यही दान मंगा यही दान मंगा बारक जे बारक बन के मंगदे पयो सब कुछ मंगदे बारक वांगी हो सब कुछ मंगा कदे तेरी मंग दे विच आ भी आ जावे कबहू ना विसरे हीए मोरे ते ओ मेरे हृदय च कदे ना विसरी मालका आ मेरी मंग जे मेरे गरीब निवाज कबहू ना विसरे हीए मोरे मेरे साईया नानक दास एही दान मंगा नानक दास यही दान मंगा नानक दास यही दान मंगा नानक दास यही दान मंगा सो मंगा दान गोसाइया जित पुख ले जावे सो मंगा दान गोसाइया जित पुख ले जावे सो मंगा दान गोसाइया सो मंगा दान गोसाइया बारक वांगी और सब किछ मंगा बारक वांगी और सब किछ मंगा दुनिया दे पदार्थ मंगने माड़ी गल नहीं नहीं लोड़ दियां चीजां मंगनियां माड़ी गल नहीं पर ओ लोड़ दियां चीजां मिल जान लोड़ पूरी हो गई ओए हुण अपने मकसद वाल तुर जाके संग ते बिछड़ा ताई के संग लाग फिर भरोसा रख के तुर भावनी रख के तुर पर मैं एक गल कह दिया जिदे अगे मंग रहे हो आ एक मंग का बड़ा प्यारा सत्संग कॉन्सैप्ट है जिदे अगे मंग दृढ़ता रख के मंगे दृढ़ता कई बार आप मंगते होंगे नहीं गल पूरी होती नहीं पूरी होती भावना रख के मंगे भरोसा रख के मंगे जितना तेरा भरोसा जितनी तेरी प्रतीत पक्की होएगी सफर कटता जाएगा अदास ने कितने पढ़िया मन चंगी लगी गल एक बीबी छोटे छोटे न्याणे सन उहदे घर च अत दी गरीबी सिरे दी गरीबी सच कदे बनदा कदे नहीं बनदा कदे मजदूरी मिल जाती कदे नहीं मिलती पर आस्था बड़ी सी उहदी रब विच आस्था बहुत आस्था सी हर वेले वह कहिंदी सी अज चंद दाने जे असी खाधे ने यह भी रब ने दिते ने आखो सतनाम मतलब जे सवेरे दाने खाधे और दोपहर नहीं खाधे रात नहीं खाधे दिन नहीं खाधे वह शिकवा नहीं पर जेड़ा सवेरे खाधे ने शुकराना इस तरह कि आ दाने मेरे रब ने भेजे ने आखो सतनाम हरेक की रसना ते सी बई बड़ी प्रतीत वाली है भावना वाली है एक मायाधारी बंदा वह कहिंदा कहिंदे वेखदे आ इहदी भावना किवें पक्की रहिंदी है किवें पक्की रहिंदी उहने की कीता अपने सैक्रेटरी नूं बड़े पदार्थ दे के खाण पीण दे होर चीज़ दे के भेजिया कहिंदा जा वह बीबी नूं दे गया ते जदों वह बीबी पुछे ना इह किन्ने भेजे ने अगों कहीं शैतान ने भेजे ने आखो सतना तूं भगवान करदी है शैतान ने भेजे ने लिखा बूआ खड़ गया बीबी ने बूआ खोलिया कहते जी आ चीजा लेके आए हैं कहते आओ जी आया बीबी कहती जी आया आओ जी अंदर बैठो उन्हें फटाफट गई भुखे बिलकते पे बच्चे उन्हें चाड़िया पकाया बच्चों को खवाया आप खाधा उन्होंने खवाया इन्निया चीजा सन किन्ने दिन चल जाए रश तो वह कहती जी बहुत थोड़ा धन्यवाद आप जी जा सकते वो हैरान हो गया कहने पूछे ही किन्ने भेजे इन्हें पूछे ही नहीं किन्ने भेजे हूँ मैं दसा किमें तो कह लगा कहिंदा बीबी तैनू ये जान दी ये तैनू जानन दी जग्यासा नहीं हुई कि यह चीज़ा किन्ने भेजी कहिंदे मैं क्यों जानना चाहवांगी मैं क्यों पूछा तेरे को कहिंदे मैनू पूरा भरोसा है
पूरा भरोसा है मेरे रब ते मेरे मालक ते। कहते मेरा मालक अगर आदेश कर दे शैतान नु भी उदा आदेश मनना पैंदा। आखो सतना शैतान नु भी उदा आदेश मनना पैंदा। जे अज तू आया दे लेके आ चीजा भावे किन्ने भी भेजियां उन्हों मेरे परमात्मा ने मेरे परमेश्वर ने मेरे रब ने ही हुक्म लाया है तू आया। आखो सतना अकीदे अकीदे चाहिए ने। सत्संग दे मंडल इस करके ने सत्संग अकीदे मजबूत हो। निकी निकी चीजा ते असीं डोल पैंदे निके निके दुख ते डोल पैंदे। जिन्हें अकीदे मजबूत होणगे मेरी मंग जिहदे कोल है मैं जिहदे अगे मंग रख रहा वो सर्व उत्तम पूरा है सिरा है वो उस तो उपर होर कोई नहीं उस तो उपर कोई नहीं जरूर वह मैनू सांभेगा। जिवें मर्जी सांभे वह मैनू सांभेगा जिवें मर्जी वह भावें शैतान दे राही संभाले मैनू भावें भगत दे राही संभाले मैनू भावें जिदे राही मर्जी संभाले उहदे आदेश चलणगे ते कोई ना कोई अगे आएगा मैनू संभालण वास्ते। आखो सतनाम आ है सत्संग भरोसे वाली बुद्ध। ਇਹ ਭਰੋਸੇ ਵਾਲੀ ਬੁੱਧ ਨੂੰ ਹੀ ਬਾਲਕ ਬੁੱਧ ਕਿਹਾ ਜਾਂਦਾ ਹੈ ਬੱਚਿਆ ਬਾਲ ਬੁੱਧ ਕਿਹਾ ਜਾਂਦਾ ਹੈ। ਬੱਚੇ ਨੂੰ ਬਹੁਤ ਭਰੋਸਾ ਹੁੰਦਾ ਆਪਣੇ ਮਾਪਿਆਂ ਬਹੁਤ ਭਰੋਸਾ ਹੁੰਦਾ ਅਤੇ ਉਹੀ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਸ ਆਹ ਬੁੱਧ ਲਿਆ ਮੇਰੇ ਬੱਚਿਆ ਆਹ ਬੁੱਧ ਲਿਆ ਇਸ ਬੁੱਧ ਦੇ ਕਾਰਨ ਤੂੰ ਆਪਣੇ ਗੁਰੂ ਕੋਲੋਂ ਮੰਗ ਕਦੇ ਵਾਪਸ ਨਹੀਂ ਜਾਏਗਾ ਕਦੇ ਵਾਪਸ ਨਹੀਂ ਜਾਏਗਾ। ਬਾਰਕ ਵਾਂਗੀ ਸਭ ਕਿਛ ਮੰਗਾ ਬਾਰਕ ਵਾਂਗੀ ਉਹ ਸਭ ਕਿਛ ਮੰਗਾ। ਦੇਂਦੇ ਤੋਟੇ ਨਹੀਂ ਪ੍ਰਭ ਰੰਗਾ ਦੇਂਦੇ ਤੋਟੇ ਨਹੀਂ ਪ੍ਰਭ ਰੰਗਾ ਦੇਂਦੇ ਤੋਟੇ ਨਹੀਂ ਪ੍ਰਭ ਰੰਗਾ ਦੇਂਦੇ ਤੋਟ ਨਹੀਂ ਪ੍ਰਭ ਰੰਗਾ ਦੇਂਦੇ ਤੋਟ ਨਹੀਂ ਪ੍ਰਭ ਰੰਗਾ। ਬਾਰਕ ਵਾਂਗੀ ਹੋ ਸਭ ਕਿਛ ਮੰਗਾ ਮੰਗ ਲਓ ਸਾਰੇ। ਬਾਰਕ ਵਾਂਗੀ ਹੋ ਸਭ ਕਿਛ ਮੰਗਾ ਬਾਰਕ ਵਾਂਗੀ ਸਭ ਕਿਛ ਮੰਗਾ ਬਾਰਕ ਵਾਂਗੀ ਸਭ ਕਿਛ ਮੰਗਾ।